ਸਿੱਖਾਂ ਦੇ ਵਿੱਚੋਂ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਹੀ ਬੁੱਧੀਜੀਵੀ ਆਪਣੇ ਕਹਾਉਂਦੇ ਨੇ, ਲੇਖਕ ਨੇ ਹੋਰ ਆ, ਉਹ ਸਾਰੇ ਕਿਸੇ ਪਲੇਟਫਾਰਮ 'ਤੇ ਹੀ ਨਹੀਂ, ਇਹ ਸ਼ਿਸ਼ੂ 'ਤੇ ਕਿਸੇ ਦਾ ਧਿਆਨ ਹੀ ਨਹੀਂ, ਕੋਈ ਚਿੰਤਾ ਹੀ ਨਹੀਂ ਜ਼ਾਹਰ ਹੋ ਰਹੀ ਵੀ ਆਪਾਂ ਇਕੱਠੇ ਹੋ ਕੇ, ਮੈਂ ਕਈ ਯਤਨ ਕੀਤਾ ਵੀ ਯਾਰ ਆਪਾਂ ਇਕੱਠੇ ਹੋ ਕੇ ਘੱਟੋ ਘੱਟ ਕੋਈ 20-25 ਲੈ ਲਓ ਵੱਡੀ ਗਿਣਤੀ 'ਚ ਨਹੀਂ, ਖਾਲਸਾ ਦੇ ਜਹਿਦਾਰ ਨੂੰ ਤਾਂ ਮਿਲ ਲਈ। ਇਹਦਾ ਕੋਈ ਠੋਸ ਜਵਾਬ ਹੋਣਾ ਚਾਹੀਦਾ, ਗਈ ਕਿੱਥੇ, ਜੇ ਵਾਪਸ ਆ ਗਈ ਤਾਂ ਹੁਣ ਵਾਪਸ ਆਏ ਵਾ ਜਿਹੜਾ ਸਰਮਾਇਆ ਗਾ ਉਹ ਕਿੱਥੇ ਆ, ਕਿਹਦੇ ਕੋਲ ਆ, ਕਿਹਨੂੰ ਵਾਪਸ ਕੀਤਾ, ਇਹਦੇ ਠੋਸ ਜਵਾਬ ਤਾਂ ਕਿਸੇ ਕੌਮ ਨੂੰ ਕਿਸੇ ਭਾਈਚਾਰੇ ਨੂੰ ਚਾਹੀਦੇ ਨੇ। ਪਰ ਜਿਹਨਾਂ ਨਾਲ ਗੱਲ ਕਰੀ ਤਾਂ ਕੋਈ ਨਹੀਂ ਜੀ, ਕਰ ਲਾਂਗੇ ਜੀ, ਦੇਖ ਲਾਂਗੇ ਜੀ, ਇੱਦਾਂ ਦਾ ਕੋਈ ਬਹੁਤ ਢਿੱਲਾ ਮਿੱਠਾ ਜਵਾਬ ਆਉਂਦਾ। ਸਭ ਤੋਂ ਵੱਡੀ ਗੱਲ ਤਾਂ ਸਿੱਖਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਹੋਇਆ ਲੰਬਾ ਸਮਾਂ ਰਹੀ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜ ਦਿੱਤੀ ਗਈ। ਅੱਛਾ, ਉਹਦੇ ਵਿੱਚੋਂ ਜੇ ਤੁਸੀਂ ਫੋਟੋਆਂ ਦੇਖਦੇ ਆ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਨੇ, ਉਹਦੇ ਰੈਕ ਦੇ ਵਿੱਚ ਖਾਲੀ ਪਏ ਨੇ, ਜੇ ਕਿਤਾਬਾਂ ਛੱਡੀਆਂ ਹੋਣ ਤਾਂ ਸਵਾਹ ਤਾਂ ਪਈ ਹੋਊ ਨਾ, ਉਹਦੀ ਰਾਖ ਤਾਂ ਮੌਜੂਦ ਹੋਊ ਨਾ। ਵੀ ਇਹ ਕਹਿੰਦੇ ਵੀਰੇ ਸਿੰਘ ਦਿਨ ਸਵੇਰੇ ਸਵੇਰੇ ਜਦੋਂ ਆਪਣੇ ਰਾਜਾ ਸੰਸੀ ਹਵਾਈ ਅੱਡੇ 'ਤੇ ਗਏ ਤਾਂ ਉੱਥੇ ਬੈਗਾਂ ਦੇ ਵਿੱਚੋਂ ਭਰ ਕੇ ਬਾਹਰ ਛੱਟ ਕੇ ਜਹਾਜ਼ ਦੇ ਵਿੱਚੋਂ ਕਿਤਾਬਾਂ ਦੇ ਗ੍ਰੰਥਾਂ ਦੇ ਭਰੇ ਹੋਏ ਬੈਗ ਬਾਹਰ ਛੁੱਟੇ ਪਏ ਸੀ। ਉਹ ਕਹਿੰਦੇ ਜੀ ਸਾਡੇ ਕੋਲ ਇੱਕ ਸੰਤ ਸਿਪਾਹੀ ਮੈਗਜ਼ੀਨ ਦੀ ਕਾਪੀ ਆ, ਇੱਕ ਕੋਈ ਅਸਲੇ ਦਾ ਲਾਇਸੈਂਸ ਆ, 5-4 ਆਈਟਮਾਂ ਹੋਰ ਨੇ, ਜਿਹੜੀ ਧਰ ਚਾਹੁੰਦੀ ਆ ਚਾਹੇ ਸਤਨਾਮ ਸਿੰਘ ਖੰਡਾ ਲੈ ਲਏ ਚਾਹੇ ਸ਼੍ਰੋਮਣੀ ਕਮੇਟੀ ਸਾਡੇ ਕੋਲ ਲੈ ਲਏ। ਸੀਵੇ ਹੀ ਨੇ ਮੈਂ ਤਾਂ ਦਿੱਤੀਆਂ ਰਸੀਦਾਂ, ਰਸੀਦਾਂ ਦੇ ਨੰਬਰ ਵੀ ਦਿੱਤੇ ਵੀ ਆਹ ਤਰੀਕਾਂ ਨੂੰ ਅਸੀਂ ਆਹ ਬੰਦਿਆਂ ਨੂੰ ਵਾਪਸ ਕੀਤਾ ਸਮਾਨ। ਹੁਣ ਉਸ ਤੋਂ ਬਾਅਦ ਹਾਈ ਕੋਰਟ ਨੇ ਫੈਸਲੇ 'ਚ ਕਹਿਤਾ ਵੀ ਜੇ ਤੁਸੀਂ ਮੇਰੇ ਫੈਸਲਾ ਸੰਤੁਸ਼ਟ ਨੇ ਸੁਪਰੀਮ ਕੋਰਟ 'ਚ ਲੈ ਜਾਓ। ਧਾਮੀ ਸਾਹਿਬ ਵੀ ਉਹ ਰਿਪੋਰਟ ਨੂੰ ਜਨਤਕ ਕਰ ਸਕਦੇ। ਉਹ ਧਾਮੀ ਸਾਹਿਬ ਨੂੰ ਕਈ ਵਾਰੀ ਅਸੀਂ ਫੋਨ ਕੀਤਾ, ਪੂਰਾ PA ਕਹਿੰਦੀ ਗੱਲ ਕਰਾਉਂਦੇ ਹਾਂ ਜੀ, ਕਰਦੇ ਹਾਂ ਜੀ, ਪੂਰੀ ਫੇਰ ਕਰਦੇ ਹਾਂ ਜੀ, ਉਹ ਵੀ ਧਾਮੀ ਸਾਹਿਬ ਵੀ ਲੜ ਪੜਾ ਨਹੀਂ ਫੜਾਉਂਦੇ ਵੀ ਜੇ ਰਿਪੋਰਟ ਮੁਕੰਮਲ ਹੋ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਉਹ ਨੰਗੀ ਕਰੋ ਕੀ ਹੋਇਆ ਫੈਸਲਾ। ਸਿੱਖਾਂ ਦੀ ਆਵਾਜ਼ ਸਤਨੁਸ਼ TV 'ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕਮਲਜੀਤ ਕੌਰ, ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼। ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਕਿੱਧਰ ਗਈ। ਜੂਨ 84 ਘੱਲੂਘਾਰੇ ਨੇ ਜਿੱਥੇ ਸਿੱਖਾਂ ਨੂੰ ਬਹੁਤ ਵੱਡੇ ਜ਼ਖਮ ਦਿੱਤੇ ਨੇ, ਉੱਥੇ ਹੀ ਸਿੱਖਾਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਵੀ ਕੁਝ ਪਤਾ ਨਹੀਂ ਲੱਗਿਆ ਕਿ ਉਹ ਕਿੱਧਰ ਗਈ ਹੈ। ਅੱਜ ਇਹੀ ਇਸ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਬਹੁਤ ਵਾਰ ਜਿਹੜੇ ਸਿੱਖ ਚਿੰਤਕ ਨੇ, ਬੁੱਧੀਜੀਵੀ ਨੇ ਇਸ ਮਸਲੇ 'ਤੇ ਵਿਚਾਰ ਚਰਚਾ ਕਰ ਚੁੱਕੇ ਨੇ, ਬਹੁਤ ਸਾਰੀਆਂ ਪਟੀਸ਼ਨਾਂ ਅਦਾਲਤਾਂ ਤੱਕ CBI ਤੱਕ ਪਹੁੰਚੀਆਂ ਨੇ, ਪਰ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਅਤੇ ਲਾਇਬ੍ਰੇਰੀ ਕਿੱਥੇ ਗਈ ਇਸਦੇ ਬਾਰੇ ਅੱਜ ਤੱਕ ਕੁਛ ਵੀ ਪਤਾ ਨਹੀਂ ਲੱਗਿਆ। ਸੋ ਅੱਜ ਅਸੀਂ ਇਸੇ ਮੁੱਦੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਜੀ। ਸਰ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲਾਂ ਤਾਂ ਮੈਂ ਸਵਾਲ ਇਹੀ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਬਹੁਤ ਵਾਰ ਪਟੀਸ਼ਨਾਂ ਅਦਾਲਤਾਂ 'ਚ ਵੀ ਗਈਆਂ, CBI ਕੋਲ ਵੀ ਪਹੁੰਚੀਆਂ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਗਈ ਕਿੱਥੇ ਹੈ। ਆਖਿਰਕਾਰ ਕਿਉਂ ਇਹ ਇੰਨਾ ਗੁੰਝਲਦਾਰ ਸਵਾਲ ਬਣਿਆ ਹੋਇਆ ਜਿਸਦਾ ਅੱਜ ਤੱਕ ਹੱਲ ਨਹੀਂ ਹੋ ਸਕਿਆ? ਦੇਖੋ ਜੀ, ਗੱਲ ਇਹ ਹੈ ਵੀ ਇਹ ਸਿੱਖਾਂ ਦੀ ਬਹੁਤ ਵੱਡੀ ਵਿਰਾਸਤ, ਬਹੁਤ ਵੱਡੀ ਧਰੋਹਰ, ਮੈਂ ਕਹਾਂਗਾ ਸਿੱਖਾਂ ਤੋਂ ਵੀ ਵੱਧ ਕੇ ਜੇ ਪੰਜਾਬੀਆਂ ਦੀ ਕਹਿਣਾ ਹੋਵੇ ਤਾਂ ਜੋ ਗਿਆਨ ਹੁੰਦਾ ਉਹ ਦੁਨੀਆਂ ਭਰ ਤੱਕ ਸਾਂਝਾ ਹੀ ਹੁੰਦਾ ਅਤੇ ਮਨੁੱਖਤਾ ਦੀ ਧਰੋਹਰੀ ਬਣਦੀ ਆ, ਕਿਉਂਕਿ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਸਥਾਪਿਤ ਕੀਤੀ ਆ ਸ਼ਮਸ਼ੇਰ ਸਿੰਘ ਸ਼ੋਕ ਵਰਗਿਆਂ ਨੇ, ਹੋਰ ਅਨੇਕਾਂ ਵਿਦਵਾਨਾਂ ਨੇ ਐਡੇ ਵੱਡੇ ਯਤਨ ਕਰਕੇ
ਪਤਾ ਨਹੀਂ ਕਿੱਥੋਂ ਕਿੱਥੋਂ ਦੁਰਲੱਭ ਕਿਤਾਬਾਂ ਲੈਂਦੀਆਂ, ਦਸਤਾਵੇਜ਼ ਲੈਂਦੇ, ਖੜੇ ਲੈਂਦੇ। ਉਹਨਾਂ ਦਾ ਇੱਕ ਸੁਪਨਾ ਸੀ ਵੀ ਸਿੱਖਾਂ ਕੋਲ ਆਪਣਾ ਇੱਕ ਇਹੋ ਜਿਹਾ ਖਜ਼ਾਨਾ ਹੋਵੇ ਜਿੱਥੇ ਉਹਨਾਂ ਦਾ ਆਪਣਾ ਗਿਆਨ ਦਾ ਭੰਡਾਰ, ਆਪਣੇ ਮਤਲਬ ਪੁਰਾਤਨ ਲਿਖਤਾਂ, ਸਰੂਪ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਗੁਟਕੇ, ਹੋਰ ਖਰੜੇ, ਹੋਰ ਪੁਸਤਕਾਂ, ਹੱਥ ਲਿਖਤ ਉਹਦੇ ਵਿੱਚ ਮੌਜੂਦ ਹੋਣ, ਅਤੇ ਨਾਲ ਹੀ ਨਾਲ ਹੋਰ ਜਿਹੜੀਆਂ ਨੇਕਾਂ ਪੁਸਤਕਾਂ ਉਹ ਵੀ ਹੋਣ। ਸੋ ਉਹਦੇ ਕਰੀਬ ਜਾਣੀ ਕਿ ਆਪਾਂ ਕਹਿ ਸਕਦੇ ਹਾਂ ਵੀ ਕੁੱਲ ਗਿਣਤੀ ਜਿਹੜੀ ਕੈਟਾਲੋਗ ਮੁਤਾਬਕ 20,000 ਦੇ ਕਰੀਬ ਉੱਥੇ ਪੁਸਤਕਾਂ ਸੀਗੀਆਂ, ਜਿਹਦੇ ਵਿੱਚੋਂ ਸਭ ਤੋਂ ਵੀ 500 ਦੇ ਕਰੀਬ ਤਾਂ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਸੀ ਜਿਹੜੇ ਹੱਥਾਂ ਨਾਲ ਲਿਖੇ ਹੋਏ ਸੀ, ਬਾਕੀ ਗੁਟਕੇ ਸੀਗੇ ਹੱਥਾਂ ਨਾਲ ਆਮ ਲੋਕ ਲਿਖਦੇ ਸੀਗੇ। ਫਿਰ ਪੋਥੀਆਂ ਸੀ, ਜਿਵੇਂ 5 ਗ੍ਰੰਥੀ ਹੁੰਦੇ 'ਚ ਕਈ ਬਾਣੀਆਂ ਦਰਜ ਹੋ ਜਾਂਦੀਆਂ ਨੇ, ਉਹ ਵੱਡੀਆਂ ਪੋਥੀਆਂ ਸੀ। ਇਹ ਤੋਂ ਇਲਾਵਾ ਇਤਿਹਾਸ ਦੀਆਂ ਕਈ ਕਿਤਾਬਾਂ ਸੀ, ਜਾਂ ਕੋਈ ਆਯੁਰਵੇਦ ਨਾਲ ਸੰਬੰਧਿਤ ਲੋਕਾਂ ਨੇ ਲਿਖੀਆਂ, ਜਾਂ ਕੋਈ ਵੱਖ ਵੱਖ ਇਤਿਹਾਸ ਨਾਲ ਸੰਬੰਧ ਲਿਖੀਆਂ। ਉਹ ਬਹੁਤ ਸਾਰਾ ਦੁਰਲੱਭ ਖਜ਼ਾਨਾ ਸੀ, ਅਤੇ ਜਿਹੜਾ ਕਿ ਸਿੱਖਾਂ ਦੀਆਂ ਬੇਵਕੂਫੀਆਂ ਕਾਰਨ ਅਤੇ ਭਾਰਤੀ ਸਟੇਟ ਦੀ ਦੁਸ਼ਮਣੀ ਕਾਰਨ ਉਹ ਖੁਰਦ ਬੁਰਦ ਹੋ ਗਿਆ। ਅੱਜ 40 ਹੋ ਗਏ ਇਹ ਦਰਬਾਰ ਸਾਹਿਬ 'ਤੇ ਹੋਏ ਹਮਲੇ ਨੂੰ, ਅੱਜ ਤੱਕ ਉਹਦਾ ਕੋਈ ਪਤਾ ਨਹੀਂ ਲੱਗ ਰਿਹਾ ਕਿੱਧਰ ਗਿਆ। ਬੜੇ ਲੋਕਾਂ ਨੇ ਖੋਜ ਕਰਨ ਦੀ ਕੋਸ਼ਿਸ਼ ਕੀਤੀ ਆ, ਬਹੁਤ ਸ਼ਹਿਰਦ ਬੰਦਿਆਂ ਨੇ ਯਤਨ ਕੀਤੇ ਨੇ। ਇਹ ਮਾਮਲਾ ਕੋਰਟਾਂ ਕਚਹਿਰੀਆਂ ਤੱਕ ਵੀ ਗਿਆ, ਕੋਰਟਾਂ ਕਚਹਿਰੀਆਂ 'ਚ ਜਾਣ ਦੇ ਬਾਵਜੂਦ ਵੀ ਇਹਦਾ ਕੋਈ ਰਾਹ ਸਿਰਾ ਨਹੀਂ ਲੱਭ ਰਿਹਾ ਕਿੱਧਰ ਗਿਆ। ਸੋ ਜਿਨ੍ਹਾਂ ਬੰਦਿਆਂ ਨੂੰ ਅਹਿਸਾਸ ਆ ਵੀ ਸਾਡਾ ਇੱਕ ਬਹੁਤ ਕੀਮਤੀ ਖਜ਼ਾਨਾ ਗੁਆਚ ਗਿਆ ਜਿਹੜਾ ਕਿ ਮੁੜ ਕੇ ਹੱਥ ਨਹੀਂ ਲੱਗਣਾ, ਉਹ ਤਾਂ ਖੂਨ ਦੇ ਹੰਝੂ ਰੋਂਦੇ ਨੇ ਵੀ ਇਹ ਕਿੱਥੋਂ ਲੱਭੂਗਾ। ਪਰ ਹੁਣ ਜਿਹੜਾ ਆਮ ਜਨਤਾ ਜਾਂ ਆਮ ਸਿੱਖ ਆ, ਜਾਂ ਸਿੱਖ ਪੋਲੀਟਿਕਸ ਨਾਲ ਜੁੜੇ ਹੋਏ ਆ, ਜਾਂ ਬਾਦਲ ਦਲ ਦੇ ਨਾਲ ਜੁੜੇ ਹੋਏ ਉਹਦੇ ਵੋਟਰ ਨੇ, ਉਹਨਾਂ ਲਈ ਕੋਈ ਪ੍ਰਭਾਵ ਨਹੀਂ ਲੱਗਾ। ਗੁਰਦੁਆਰੇ ਗਏ, ਦੇਖ ਖਾਲੀ ਲੰਗਰ ਛਕ ਲਿਆ, ਚਲੋ ਚੱਲੀ ਚੱਲਣ ਦਿਓ। ਇਹ ਜਿਹੜਾ ਅਹਿਸਾਸ ਹੁੰਦਾ, ਇਹ ਕੁਛ ਖਾਸ ਜਿਹੜੇ ਕਿਸੇ ਕੌਮ ਦੇ ਬੁੱਧੀਜੀਵੀ ਹੁੰਦੇ ਆ, ਲੇਖਕ ਹੁੰਦੇ ਆ, ਸਿਆਣੇ ਪੜ੍ਹੇ ਲਿਖੇ ਵਰਗ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਉਹਦੀ ਕੀਮਤ ਕੀ ਹੈ। ਬਿਲਕੁਲ, ਅਸੀਂ ਹਰ ਸਾਲ ਜੂਨ 84 ਘੱਲੂਘਾਰੇ ਦਾ ਜ਼ਿਕਰ ਕਰਦੇ ਹਾਂ, ਅਸੀਂ ਸ਼ਹੀਦਾਂ ਨੂੰ ਪ੍ਰਣਾਮ ਵੀ ਕਰਦੇ ਹਾਂ, ਉਹਨਾਂ ਦੀ ਯਾਦਗਾਰ ਵੀ ਮਨਾਉਂਦੇ ਹਾਂ, ਪਰ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਬਹੁਤ ਘੱਟ ਗਿਣਵੇਂ ਚੁਣਵੇਂ ਲੋਕ ਹੀ ਗੱਲ ਕਰਦੇ ਹਨ। ਜਿਵੇਂ ਤੁਸੀਂ ਕਿਹਾ ਵੀ ਸਾਡੇ ਇਤਿਹਾਸ ਦਾ ਬਹੁਤ ਵੱਡਾ ਸਰਮਾਇਆ ਸੀ ਇਹ ਹੱਥ ਲਿਖਤ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੀ, ਪੋਥੀਆਂ ਸੀ, ਗੁਰਬਾਣੀ ਦੀ ਬਹੁਤ ਸਾਰਾ ਪੰਜਾਬੀਅਤ ਨਾਲ ਜੁੜਿਆ ਹੋਇਆ ਜਿਹੜਾ ਉਹਦੇ ਵਿੱਚ ਸਾਹਿਤ ਸੀ, ਸਮਾਨ ਸੀ। ਸੋ ਇਹਦੇ ਬਾਰੇ ਬਹੁਤ ਘੱਟ ਗੱਲ ਕਿਉਂ ਹੁੰਦੀ ਹੈ? ਕਿਉਂਕਿ ਆਪਾਂ ਕਹਿੰਦੇ ਵੀ ਜਿਹੜਾ ਪੰਜਾਬ ਦਾ ਖਾਸ ਕਰਕੇ ਸਿੱਖ ਬੁੱਧੀਜੀਵੀ ਆ, ਉਹਨੂੰ ਇਸ ਗੱਲ ਦਾ ਅਹਿਸਾਸ ਹੀ ਹੈ ਨਹੀਂ। ਇਹ ਤੋਂ ਕਿਸੇ ਕੌਮ ਦਾ ਜਿਹੜਾ ਬੌਧਿਕ ਲੈਵਲ ਆ ਉਹਦਾ ਪਤਾ ਵੀ ਲੱਗਦਾ ਨਾ, ਵੀ ਜੇ ਕੌਮ ਦਾ ਬੌਧਿਕ ਲੈਵਲ ਉੱਚਾ ਹਾਇਰ ਹੋਵੇ, ਜਿਹਨਾਂ ਨੂੰ ਪਤਾ ਲੱਗੇ ਵੀ ਸਾਡੀ ਵਿਰਾਸਤ ਗੁਆਚ ਗਈ ਅਤੇ ਹਾਸਲ ਕਿਵੇਂ ਕਰਨੀ ਆ, ਇਹ ਕਿਹੜੇ ਦੋਸ਼ੀਆਂ ਨੇ ਖੁਰਦ ਬੁਰਦ ਕੀਤੇ ਨੂੰ ਕਿਵੇਂ ਨੰਗਾ ਕਰਨਾ, ਫਿਰ ਤੋਂ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ। ਸਿੱਖਾਂ ਦੇ ਵਿੱਚੋਂ ਹਜ਼ਾਰਾਂ ਹੀ ਨਹੀਂ ਬਲਕਿ ਲੱਖਾਂ ਹੀ ਬੁੱਧੀਜੀਵੀ ਆਪਣੇ ਕਹਾਉਂਦੇ ਨੇ, ਲੇਖਕ ਨੇ, ਹੋਰ ਆ, ਉਹ ਸਾਰੇ ਕਿਸੇ ਪਲੇਟਫਾਰਮ 'ਤੇ ਹੀ ਨਹੀਂ। ਇਸ ਸ਼ਿਸ਼ੂ 'ਤੇ ਕਿਸੇ ਦਾ ਧਿਆਨ ਹੀ ਨਹੀਂ, ਉਹ ਆਪਣੇ ਆਪਣੇ ਢੰਗ ਨਾਲ ਹੀ ਆ, ਕੋਈ ਚਿੰਤਾ ਹੀ ਨਹੀਂ ਜ਼ਾਹਰ ਹੋ ਰਹੀ ਵੀ ਆਪਾਂ ਇਕੱਠੇ ਹੋ ਕੇ, ਮੈਂ ਕਈ ਯਤਨ ਕੀਤਾ ਵੀ ਯਾਰ ਆਪਾਂ ਇਕੱਠੇ ਹੋ ਕੇ ਘੱਟੋ ਘੱਟ ਕੋਈ 20-25 ਲੈ ਲਓ ਵੱਡੀ ਗਿਣਤੀ 'ਚ, ਨਹੀਂ ਅਕਾਲ ਸਾਹਿਬ ਦੇ ਜਥੇਦਾਰ ਨੂੰ ਤਾਂ ਮਿਲ ਲਗੇ। ਆਹ ਜੋ ਤੱਥ ਸਾਡੇ ਸਾਹਮਣੇ ਪਏ ਨੇ, ਇਹਨਾਂ ਦੀ ਅੱਗੇ ਪੜਤਾਲ ਤੁਰਨੀ ਚਾਹੀਦੀ ਆ, ਇਹਦਾ ਫਿਰ ਕੋਈ ਨਾ ਕੋਈ ਰਾਹ ਸਿਰਾ ਲੱਭਣਾ ਚਾਹੀਦਾ, ਸਿੱਖ ਭਾਈਚਾਰੇ ਸਾਹਮਣੇ ਇਹਦਾ ਕੋਈ ਠੋਸ ਜਵਾਬ ਹੋਣਾ ਚਾਹੀਦਾ, ਗਈ ਕਿੱਥੇ। ਜੇ ਵਾਪਸ ਆ ਗਈ ਤਾਂ ਹੁਣ ਵਾਪਸ ਆਏ ਵਾ ਜਿਹੜਾ ਸਰਮਾਇਆ ਗਾ ਉਹ ਕਿੱਥੇ ਆ, ਕਿਹਦੇ ਕੋਲ ਆ, ਕਿਹਨੂੰ ਵਾਪਸ ਕੀਤਾ? ਇਹਦੇ ਠੋਸ ਜਵਾਬ ਤਾਂ ਕਿਸੇ ਕੌਮ ਨੂੰ, ਕਿਸੇ ਭਾਈਚਾਰੇ ਨੂੰ ਚਾਹੀਦੇ ਨੇ। ਪਰ ਜਿਹਨਾਂ ਨਾਲ ਗੱਲ ਕਰੀ ਤਾਂ ਕੋਈ ਨਹੀਂ ਜੀ, ਕਰ ਲਵਾਂਗੇ ਜੀ, ਦੇਖ ਲਵਾਂਗੇ ਜੀ,
ਇੱਦਾਂ ਦਾ ਕੋਈ ਬਹੁਤ ਢਿੱਲਾ ਮਿੱਠਾ ਜਵਾਬ ਆਉਂਦਾ ਅਤੇ ਜਦੋਂ ਫਿਰ ਕੌਮ ਦੇ ਵਿੱਚ ਇਸ ਤਰ੍ਹਾਂ ਦੀ ਆਪਾ ਧਾਪੀ ਪਸਰ ਜੇ ਜਾਂ ਇਸ ਤਰ੍ਹਾਂ ਦੀ ਨਿਰਾਸ਼ਾ ਪਸਰ ਜੇ ਜਾਂ ਇਸ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਕੋਈ ਰੜਕਣਾ ਪਵੇ ਜਾਂ ਉਹਨਾਂ ਦੀ ਸਿਚੁਏਸ਼ਨ ਨੋਰਮਲ ਹੋ ਜੇ ਤਾਂ ਉਦੋਂ ਫਿਰ ਸਮਝ ਲਓ ਵੀ ਕੌਮ ਦੀ ਹਾਰ ਵੱਲ ਹੀ ਜਾ ਰਹੀ ਹੁੰਦੀ ਹੈ। ਹੁਣ ਮੇਰੇ ਵਰਗੇ ਕੁਛ ਬੰਦੇ ਹੈਗੇ ਆ, ਹੋਰ ਵੀ ਹੈਗੇ ਆ, ਉਹਨਾਂ ਲਈ ਇਹ ਸਥਿਤੀ ਨੋਰਮਲ ਨਹੀਂ ਗੀ, ਅਬਨੋਰਮਲ ਆ, ਬਹੁਤ ਵੱਡਾ ਘਾਟਾ ਪਿਆ, ਕੰਮ ਹੋਣਾ ਚਾਹੀਦਾ। ਪਰ ਆਮ ਸਿੱਖ ਜਨਤਾ ਲਈ ਸਥਿਤੀ ਨੋਰਮਲ ਹੋ ਗਈ, ਚੱਲ ਜਿੱਧਰ ਗਿਆ ਬਾਣਗਾ ਜਿੱਥੇ ਜੋ ਇੰਨਾ ਕੁਛ ਹੋ ਗਿਆ, ਕਈ ਕਹਿੰਦੇ ਛੱਡੋ ਜੀ ਜਿੱਥੇ ਇੰਨਾ ਕੁਛ ਹੋ ਗਿਆ ਉੱਥੇ ਰੈਫਰੈਂਸ ਲਾਇਬ੍ਰੇਰੀ ਚਲੀ ਗਈ। ਉਹਨੂੰ ਇਹ ਨਹੀਂ ਪਤਾ ਵੀ ਉੱਧਰ ਹੋਰ ਕੀ ਸੀ, ਉਹਦੀ ਕੀਮਤ ਕੀ ਸੀ। ਤੁਸੀਂ ਕਿਉਂ ਇੰਨਾ ਗੰਭੀਰ ਸਮਝਦੇ ਹੋ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਲੱਭਣਾ, ਉਹਦੇ ਵਿੱਚ ਲਈ ਦਸਤਾਵੇਜ਼ ਲੱਭਣਾ ਕਿਉਂ ਸਾਡੀ ਕੌਮ ਲਈ, ਪੰਜਾਬੀਅਤ ਲਈ ਉਹ ਬਹੁਤ ਜ਼ਿਆਦਾ ਜ਼ਰੂਰੀ ਅਨਿੱਖੜ ਵਾਂਗ ਹੈ? ਜਿਵੇਂ ਬਹੁਤ ਸਾਰੇ ਲੋਕ ਐਵੇਂ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਜਾਣ ਦਿੰਦੇ ਆ, ਕੋਈ ਗੱਲ ਨਹੀਂ ਜਿੱਥੇ ਇੰਨਾ ਕੁਛ ਕਿਹਾ ਉੱਥੇ ਲਾਇਬ੍ਰੇਰੀ ਵੀ ਗਈ, ਪਰ ਕਿਉਂ ਸਾਡੇ ਲਈ ਜ਼ਰੂਰੀ? ਨਹੀਂ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜਾ ਅਹਿਸਾਸ ਆ ਨਾ ਵੀ ਉਹ ਗਿਆਨ ਦੀ ਕੀਮਤ ਕੀ ਆ, ਇੱਕ ਆਮ ਤੌਰ 'ਤੇ ਕਿਹਾ ਜਾਂਦਾ ਵੀ ਇੱਕ ਘੁਮਿਆਰ ਗਧੇ ਲਈ ਜਾਂਦਾ ਸੀ, ਉਹਨੂੰ ਕੋਈ ਮਣਕਾ ਜਿਹਾ ਲੱਭ ਗਿਆ, ਉਹਨੇ ਮਣਕਾ ਦੇਖਿਆ ਵੀ ਚਮਕਦਾ ਬੜਾ ਸੋਹਣਾ ਲੱਗਦਾ, ਉਹਨੇ ਚੱਕ ਕੇ ਆਪਣੇ ਗਧੇ ਦੇ ਗਲ 'ਚ ਬੰਨਤਾ। ਹੁਣ ਕੋਈ ਹੀਰੇ ਦਾ ਜ਼ੋਰ ਹੀ ਜਾਂਦਾ ਸੀ, ਉਹ ਘੁਮਿਆਰ ਨੂੰ ਕਹਿੰਦਾ ਵੀ ਆਹ ਜਿਹੜਾ ਮਣਕਾ ਬੰਨਿਆ ਹੈਗਾ ਯਾਰ ਵੇਚ ਦੇ। ਉਹ ਕਹਿੰਦਾ ਵੇਚ ਦੇਣਾ ਜੀ, ਕਹਿੰਦਾ ਕਿੰਨੇ ਪਹਿਲਾਂ, ਕਹਿੰਦਾ ਜਿੰਨੇ ਮਰਜ਼ੀ ਦੇ ਦਿਓ, 5-4 ਰੁਪਈਏ ਲੈ ਕੇ ਉਹਨੇ ਉਹ ਮਣਕਾ ਵੇਚਦਾ। ਬੇਸਿਕਲੀ ਉਹ ਲੱਖਾਂ ਦਾ ਹੀਰਾ ਸੀ, ਜੋਹਰੀ ਨੂੰ ਤਾਂ ਪਤਾ ਸੀ ਨਾ, ਜੋਹਰੀ ਦੀ ਅੱਖ ਨੂੰ ਤਾਂ ਪਤਾ ਸੀ ਨਾ, ਹੁਣ ਮੈਨੂੰ ਤਾਂ ਪਤਾ ਨਾ ਵੀ ਇਹ ਜਿਹੜੀਆਂ ਮੈਂ ਦੁਨੀਆਂ ਭਰ ਦੀਆਂ ਲਾਇਬ੍ਰੇਰੀਆਂ ਦੇਖੀਆਂ ਨੇ ਉਹਨਾਂ ਨੇ ਲੋਕਾਂ ਨੇ ਆਪਣੀ ਵਿਰਾਸਤ ਕਿਵੇਂ ਸੰਭਾਲ ਕੇ ਰੱਖੀ ਹੋਈ ਆ, ਅਤੇ ਸਾਡੀ ਜਿਹੜੀ ਮਤਲਬ ਆਉਣ ਵਾਲੀਆਂ ਪੀੜ੍ਹੀਆਂ ਨੇ ਜਾਂ ਨਵੀਆਂ ਜਨਰੇਸ਼ਨਾਂ ਨੇ, ਕੋਈ ਕੌਮ ਆਪਣੇ ਗਿਆਨ 'ਤੇ ਅਸੀਂ ਕਿੰਨਾ ਸਾਡੇ ਕੋਲ ਰਿਚ ਆ, ਉਹਦੀ ਰਿਚਨੈਸ ਦਾ ਅੰਦਾਜ਼ਾ ਉਹਨਾਂ ਕੋਲ ਪੁਰਾਤਨ ਗ੍ਰੰਥ, ਪੁਰਾਤਨ ਹੱਥ ਲਿਖਤਾਂ, ਪੁਰਾਤਨ ਗਿਆਨ ਦੇ ਸੋਮੇ ਕਿੰਨੇ ਨੇ, ਉਹਦੀ ਰਚਨੇ 'ਚ ਤਾਂ ਵੀ ਇੱਕ ਅੰਦਾਜ਼ਾ ਹੁੰਦਾ ਨਾ, ਪੈਸਾ ਤਾਂ ਰਚਨੇ 'ਚ ਨਹੀਂ ਨਾ, ਤੁਹਾਡੇ ਕੋਲ ਬਹੁਤ ਪੈਸਾ ਜੀ, ਮਾਇਆ ਬੜੀ ਹੈ ਤੁਹਾਡੇ ਕੋਲ, ਤੁਸੀਂ 1.5-1.5 ਲੱਖ ਲਾ, 2-2 ਲੱਖ ਦਾ ਮਾਲਾ ਚੜ੍ਹਾ ਰਹੇ ਹੋ, ਤੁਹਾਡੀ ਆਤਮਕ ਬੁਲੰਦੀ ਕਿੰਨੀ ਕਾ, ਤੁਹਾਡਾ ਆਤਮਕ ਗਿਆਨ ਦੇ ਇੰਟਲੈਕਚੁਅਲ ਜਿਹੜਾ ਲੈਵਲ ਆ ਉਹ ਕਿੰਨਾ ਕਾ, ਮੈਟਰ ਇਹ ਕਰਦਾ ਦੁਨੀਆਂ ਦੇ ਵਿੱਚ, ਮਾਇਆ ਨਹੀਂ ਕਰਦੀ ਵੀ ਮਾਇਆ ਬਹੁਤ ਆਈ ਸਾਡੇ ਕੋਲ, ਅਸੀਂ ਤਾਂ ਸੋਨੇ ਦੀਆਂ ਕੰਧਾਂ ਸਾਰ ਦਾਂਗੇ। ਇਹ ਜਿਹੜਾ ਗਿਆਨ ਆ, ਇੰਟਲੈਕਚੁਅਲ ਗਿਆਨ ਆ, ਜਿਹੜਾ ਸੂਖਮ ਪੱਧਰ ਦਾ ਗਿਆਨ ਹੁੰਦਾ, ਇਹ ਵੀ ਤੁਹਾਡੀ ਇੱਕ ਬਹੁਤ ਵੱਡੀ ਧਰੋਹਰ ਹੁੰਦਾ ਜਿਹਨੂੰ ਜੋਹਰੀ ਨੂੰ ਪਰਖ ਹੁੰਦੀ ਹੈ। ਉੱਥੇ 500 ਦੇ ਕਰੀਬ ਤਾਂ ਗੁਰੂ ਗ੍ਰੰਥ ਸਾਹਿਬ ਨੇ ਹੱਥ ਲਿਖਤ ਬੀੜਾ ਸੀ, ਉਹ ਦੇਖੋ ਕਿੰਨੇ ਸਰਧਾਵਾਨ ਸਿੱਖਾਂ ਨੇ ਕੀਤੀਆਂ ਹੋਣਗੀਆਂ ਤਿਆਰ, ਕਿੰਨੀ ਮਿਹਨਤ ਕੀਤੀ ਹੋਊ। ਉਹ ਜਦੋਂ ਅਸੀਂ ਹੱਥ ਲਿਖਤ ਦਿਖਾਉਂਦੇ ਹਾਂ ਵੀ ਆਹ ਸਾਡੀਆਂ ਹੱਥ ਲਿਖਤ ਆ, ਲੋਕ ਦੇਖਦੇ ਨੇ ਵੀ ਯਾਰ ਸਿੱਖਾਂ ਨੂੰ ਗੁਰਬਾਣੀ ਨਾਲ ਕਿੰਨਾ ਪਿਆਰ ਸੀ, ਜਿੰਨੀ ਦਿਨੀ ਪ੍ਰਿੰਟਿੰਗ ਦਾ ਵੀ ਕੋਈ ਸਿਸਟਮ ਨਹੀਂ ਸੀ, ਕਾਗਜ਼ ਪਤਾ ਨਹੀਂ ਲੋਕਾਂ ਨੇ ਕਿੱਥੋਂ ਲਿਆ ਹੋਊਗਾ, ਸਿਆਹੀ ਕਿਵੇਂ ਬਣਾਈ ਹੋਊ, ਕਿੰਨੀ ਉਹਨਾਂ ਨੇ ਐਕੂਰੇਸੀ ਨਾਲ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਕੋਈ ਦੁਨੀਆਂ ਭਰ ਦਾ ਵਿੱਚ ਗ੍ਰੰਥ ਆ ਵੀ ਜਿਹਦੇ ਵਿੱਚ ਕੋਈ ਅੱਖਰ ਵੱਧਦਾ ਘੱਟਦਾ ਕੰਨਾ ਬਿੰਦੀ ਵੀ ਉਹ ਨਹੀਂ ਕਰ ਸਕਦੇ, ਤਾਂ ਕਿੰਨੀ ਐਕੂਰੇਸੀ ਨਾਲ ਉਹਨੂੰ ਲਿਖਿਆ ਹੋਊਗਾ। ਕਿੱਥੇ ਤੁਹਾਡੀ ਇਹ ਗੱਲ ਆ ਵੀ ਇੰਨੇ ਬੰਦੇ ਵੀ ਸਾਡੇ ਮਹਾਨ ਪੈਦਾ ਹੋਏ ਨੇ ਜਿਹਨੇ ਇੰਨੀ ਐਕੂਰੇਸੀ ਨਾਲ ਬੀੜਾਂ ਤਿਆਰ ਕੀਤੀਆਂ, ਫਿਰ ਸਾਡੇ ਯੁਰਵੈਦ ਦੇ ਗ੍ਰੰਥ ਜਾਂ ਵੱਖ ਵੱਖ ਹੋਰ ਤਰ੍ਹਾਂ ਦੇ ਗ੍ਰੰਥ, ਹਿਸਟਰੀ ਦੇ ਗ੍ਰੰਥ, ਜਦੋਂ ਸਾਡੇ ਕੋਲ ਪ੍ਰਿੰਟਿੰਗ ਪ੍ਰੈਸ ਦਾ ਸਿਸਟਮ ਨਹੀਂ ਸੀ, ਉਹਨਾਂ ਲੋਕਾਂ ਨੇ ਮਿਹਨਤ ਕਰਕੇ ਲਿਖੇ ਆ, ਉਹਦੇ ਨਾਲ ਤੁਹਾਡਾ ਇੱਕ ਬਹੁਤ ਵਰਗ ਦਾ ਪਤਾ ਲੱਗਦਾ ਨਾ ਵੀ ਸਿੱਖਾਂ ਕੋਲ ਇਕੱਲੇ ਆਹ ਲੰਗਰ ਪਕਾ ਕੇ ਖਾਣ ਵਾਲੇ ਜਾਂ ਕਿਰਤੀ ਬੰਦੇ ਖੇਤੀਬਾੜੀ ਕਰਨ ਵਾਲੇ ਨਹੀਂ ਸੀ, ਸਿੱਖਾਂ ਕੋਲ ਇੱਕ ਇੰਟਲੈਕਚੁਅਲ ਲੈਵਲ ਦਾ ਵੀ ਵਰਗ ਸੀ ਜਿਨ੍ਹਾਂ ਨੇ ਆਹ ਕੰਮ ਵੀ ਕੀਤਾ, ਜਿਨ੍ਹਾਂ ਦੀ ਵਜ੍ਹਾ ਕਰਕੇ, ਜਿਨ੍ਹਾਂ ਦੀ ਮਿਹਨਤ ਕਰਕੇ ਸਿੱਖ ਧਰਮ ਦਾ ਫਲੋ ਹੋਇਆ, ਗਿਆਨ ਦਾ ਫਲੋ ਹੋਇਆ, ਸਾਡੇ ਤੱਕ ਪਹੁੰਚਿਆ।
ਉਹ 'ਚ ਹੋਰ ਇਹੋ ਜਿਹੀਆਂ ਬਥੇਰੀਆਂ ਕਿਤਾਬਾਂ, ਜਿਵੇਂ 20,000 ਕਿਤਾਬਾਂ ਕਿਹਾ ਜਾਂਦਾ ਵੀ ਜਿਹੜੀਆਂ ਦੁਰਲੱਭ ਨੇੜੀਆਂ ਅੱਜ ਤੱਕ ਮਿਲਦੀਆਂ ਨਾ ਮੁੜਕੋ ਪੈਦਾ ਹੋਣਗੀਆਂ। ਜਿਵੇਂ ਕਿ ਮਿਸਾਲ ਦੇ ਤੌਰ 'ਤੇ ਇੱਕੋ 'ਚ ਵੀੜ ਕਿਹਾ ਜਾਂਦਾ ਸੀਗਾ ਵੀ ਉਸ ਵੀੜ 'ਤੇ ਗੁਰੂ ਗੋਬਿੰਦ ਸਿੰਘ ਦੇ ਵੀ ਦਸਖਤ ਸੀ, ਜੋ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਸੀ। ਹਾਂ ਜੀ ਸੀ, ਜਿਹੜੀ ਕਿ ਭਾਈ ਅਸ਼ੋਕ ਸਿੰਘ ਸ਼ਮਸ਼ੇਰ ਸਿੰਘ ਅਸ਼ੋਕ ਹੋਣਾ ਨੇ ਬਾਅਦ ਦੱਸੀ ਗੱਲ, ਹੁਣ ਉਹ ਵੀ ਲਾਪਤਾ ਹੋ ਗਈ। ਹੁਣ ਗੁਰੂ ਸਾਹਿਬ ਦਾ ਸਾਡੇ ਕੋਲ ਕੋਈ ਦਸਖਤ ਹੈ ਹੀ ਨਹੀਂ, ਹੁਣ ਮੌਜੂਦ ਨਹੀਂ ਸੁਣਿਆ ਉਹਨਾਂ ਦਾ, ਨਹੀਂ ਅਸੀਂ ਦਰਸ਼ਨ ਕਰਨੇ ਵੀ ਗੁਰੂ ਸਾਹਿਬ ਦੀ ਹੱਥ ਲਿਖਤਾ ਸੀ, ਸਾਡੇ ਪਵਿੱਤਰ ਦਰਜਾ ਰੱਖਦੀ ਆ ਵੀ ਇਸ ਤਰ੍ਹਾਂ ਦਸਖਤ ਕਰਦੇ ਸੀ ਆ ਅਸੀਂ ਸਾਡੇ ਕੋਲ, ਇਹ ਹੁੰਦੀ ਆ ਗੱਲ। ਸੋ ਕਿਸੇ ਕੌਮ ਦਾ ਜਿਹੜਾ ਇੰਟੈਲੀਜੈਂਸੀ ਆ ਉਹ ਕਿੰਨਾ ਕੁ ਸਾਰਪ ਆ ਇਹ ਤੋਂ ਵੀ ਪਤਾ ਲੱਗਦਾ। ਅਤੇ ਜਿਹੜੇ ਕੌਮ ਦੇ ਵੱਡੇ ਮੁੱਦੇ ਅਤੇ ਮਸਲੇ ਹੁੰਦੇ ਆ, ਕੌਮ ਨੂੰ ਦਰਪੇਸ਼ ਸਮੱਸਿਆਵਾਂ ਹੁੰਦੀਆਂ, ਉਹ ਫਿਰ ਕੌਮ ਦਾ ਜਿਹੜਾ ਇੰਟੈਲੀਜੈਂਸੀ ਆ ਜਿੰਨਾ ਉਹ ਚਤਰ ਸਿਆਣਾ ਚੰਟ ਹੁੰਦਾ ਉਹ ਫਿਰ ਆਪਣੇ ਢੰਗ ਨਾਲ ਸੁਲਝਾ ਲੈਂਦਾ, ਕੌਮ ਨੂੰ ਸਿੱਧੇ ਰਾਹੇ ਪਾ ਲੈਂਦਾ। ਅਤੇ ਜੇ ਉਹ ਇੰਟੈਲੀਜੈਂਸੀ ਆਪਣਾ ਕਮਜ਼ੋਰ ਹੋਵੇ ਜਾਂ ਉਸ ਪੱਧਰ ਦੇ ਉਹ ਲੈਵਲ ਦਾ ਨਾ ਹੋਵੇ ਤਾਂ ਉਹਦਾ ਫਿਰ ਖਿਲਵਾੜ ਜਿਹੜੀਆਂ ਹੈਗੀਆਂ ਹੋਰ ਲੋਕ ਕਰੀ ਜਾਂਦੇ, ਉਹਦੇ ਇਤਿਹਾਸ ਨਾਲ ਵੀ ਕਰਦੇ ਆ, ਉਹਦੇ ਮਤਲਬ ਧਰਮ ਨਾਲ ਵੀ ਕਰਦੇ ਨੇ, ਉਹਦੇ ਲੋਕਾਂ ਨਾਲ ਵੀ ਕਰਦੇ ਨੇ, ਫਿਰ ਲਾਈ ਲੱਗ ਬਣ ਜਾਂਦੇ ਨੇ ਲੋਕ। ਇਹ ਇੰਟੈਲੀਜੈਂਸੀ ਇਹ ਹੁੰਦਾ ਜਿਹਨੂੰ ਇੰਟਲੈਕਚੁਅਲ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਧਰੋਹਰ ਵਰਗ, ਉਹਨੇ ਹੀ ਕੌਮ ਨੂੰ ਸਹੀ ਸੇਧ ਦੇਣੀ ਹੁੰਦੀ ਆ ਵੀ ਸਾਡੀ ਸਹੀ ਸੇਧ ਇਹ ਆ, ਅਤੇ ਨਹੀਂ ਤਾਂ ਵੀ ਜਿਹੜਾ ਹੁਣ ਬ੍ਰਾਹਮਣਵਾਦ ਆ ਸਦੀਆਂ ਤੋਂ ਸਾਡੇ ਗ੍ਰੰਥਾਂ 'ਚ ਮਿਲਾਵਟ ਕਰਦਾ ਰਿਹਾ ਸਾਡੀਆਂ ਪਰੰਪਰਾ ਦੇ ਵਿੱਚ, ਅੱਜ ਸਿੱਖ ਤੁਸੀਂ ਦੇਖੀ ਆ ਵੀ ਅੰਮ੍ਰਿਤਧਾਰੀ ਸਿੱਖ ਆ ਉਹ ਬੜੀਆਂ ਮਸਾਣਾਂ ਨੂੰ ਵੀ ਪੂਜੀ ਜਾਂਦੇ ਆ, ਜਿੱਥੇ ਕੋਈ ਕਹਿੰਦਾ ਵੀ ਪੁਰਾਣੇ ਥਾੜੇ ਵੀ ਕੰਮ ਪੂਰੇ ਹੁੰਦੇ ਆ, ਹੁੜੋ ਹੁੜ ਕਰਕੇ ਗੱਡੀਆਂ ਭੱਜ ਕੇ ਸਿੱਖ ਉੱਥੇ ਵੀ ਮੱਥੇ ਟੇਕੀ ਜਾਂਦੇ ਨੇ, ਜਦਕਿ ਗੁਰੂ ਗ੍ਰੰਥ ਸਾਹਿਬ ਨੇ ਰੋਕਿਆ, ਗੁਰੂ ਸਾਹਿਬ ਨੇ ਰੋਕਿਆ, ਬਾਣੀ ਸਾਨੂੰ ਕੀ ਸੰਦੇਸ਼ ਦਿੰਦੀ ਆ। ਜਿਵੇਂ ਗੰਗਾ ਦੇ ਜਲ ਨੂੰ ਪਵਿੱਤਰ ਕਹਿਤਾ ਬ੍ਰਾਹਮਣਾਂ ਨੇ, ਲੋਕ ਉੱਥੋਂ ਬੋਤਲਾਂ ਭਰ ਭਰ ਕੇ ਲਿਆਉਂਦੇ ਸੀ, ਸਾਡੇ ਸ਼ਰਧਾਲੂ ਵੀ ਹੁਣ ਉਵੇਂ ਕਰੀ ਜਾਂਦੇ ਨੇ, ਦਰਬਾਰ ਸਾਹਿਬ 'ਚੋਂ ਪਾਣੀ ਭਰ ਲਓ ਜੀ ਉਹ ਭਰ ਲਓ। ਗੁਰੂ ਨੇ ਬਾਣੀ ਕਿਹਾ, ਬਾਣੀ ਅੰਮ੍ਰਿਤਾ, ਬਾਣੀ ਪੜ੍ਹ, ਇਹਦੇ ਵਿੱਚ ਹੀ ਅੰਮ੍ਰਿਤਾ, ਇਹ ਹੋਰ ਕੋਈ ਅੰਮ੍ਰਿਤ ਨਹੀਂ, ਇੱਥੋਂ ਇੱਥੋਂ ਅੰਮ੍ਰਿਤ ਤਿਆਰ ਮਿਲਦਾ ਸਾਰਾ, ਬਾਣੀ 'ਤੇ ਅਮਲ ਕਰੇਗਾ। ਇਹ ਦੱਸਣਾਗਾ ਸਾਡੇ ਬੁੱਧੀਜੀਵੀ ਵਰਗ ਨੇ, ਉਹਨੂੰ ਸਾਹਸ ਕਰਾਉਣਾ ਨਹੀਂ ਬੰਦਾ, ਤੂੰ ਵਿਪਰਵਾਦ ਦੇ ਰਾਹ 'ਤੇ ਪਿਆ ਹੋਇਆ। ਸਾਡੀ ਜਿਵੇਂ ਸਿੱਖਾਂ ਦੀ ਹਿਸਟਰੀ ਆ, ਮੈਂ ਗਦਰ ਮੂਵਮੈਂਟ 'ਤੇ ਕੰਮ ਕੀਤਾ, ਉਹਦੇ ਵਿੱਚ 90% ਤੋਂ ਵੱਧ ਸਿੱਖਾਂ ਦੀਆਂ ਕੁਰਬਾਨੀਆਂ, ਸਾਰਾ ਉਹ ਸਿੱਖਾਂ ਦੇ ਜੋ ਇਤਿਹਾਸ ਆ ਧਰਮ ਆ ਉਹਨਾਂ ਦਾ ਸੋਰਸ ਆਫ ਇੰਸਪੀਰੇਸ਼ਨ ਉਹ ਸੀ, ਉੱਥੋਂ ਪ੍ਰੇਰਨਾ ਦੇ ਕੋਲ ਫਾਂਸੀਆਂ ਲੱਗੇ ਨੇ, ਬੋਲੇ ਸੋ ਨਿਹਾਲ ਦੇ ਜਕਾਰੇ ਲਾਉਂਦੇ ਫਾਂਸੀਆਂ ਚੜ੍ਹੇ ਨੇ, ਬੜੇ ਪ੍ਰੇਮ ਅਤੇ ਲਗਨ ਨਾਲ ਐਡੀਆਂ ਤਸੀਹੇ ਉਹਨੇ ਗੁਰਬਾਣੀ ਦਾ ਜਾਪ ਕਰਨਾ ਝੱਲੇ ਨੇ, 20-30 ਸਾਲ ਦੀਆਂ ਜੇਲ੍ਹਾਂ ਕੱਟੀਆਂ ਨੇ, ਉਹ ਜੇਲ੍ਹਾਂ ਦੇ ਵਿੱਚੋਂ ਬੁੜੇ ਹੋ ਕੇ ਗੁੱਪ ਘੁੱਪ ਪੈ ਗਏ, ਜਦੋਂ ਬਾਪ ਪਿੰਡਾਂ 'ਚ ਆਏ ਮਾਂ ਪਿਓ ਮਰ ਗਏ ਹੋਰ ਮਰ ਗਏ ਪਿੰਡ ਬਦਲ ਗਏ, ਉਹਨੂੰ ਐਂ ਨਹੀਂ ਲੱਭਦਾ। ਬਾਬਾ ਸੋਹਣ ਸਿੰਘ ਭਕਰਾਂ ਨੇ ਕਿਹਾ ਵੀ ਮੈਂ ਘਰ ਭੁੱਲ ਗਿਆ, ਸਾਡੇ ਘਰ ਦੀ ਗਲੀ ਕਿਹੜੀ ਆ, ਉਹਨਾਂ ਦੇ ਸੋਰਸ ਆਫ ਐਕਸਪੀਰੀਅੰਸ ਗੁਰਬਾਣੀ ਅਤੇ ਇਤਿਹਾਸ ਸੀ, ਫਿਰ ਸਾਡੇ ਪੁਰਖਾਂ ਨੇ ਬੰਦ ਬੰਦ ਕਟਾਏ ਨੇ। ਜਦੋਂ ਗਦਰ ਪਾਰਟੀ ਦਾ ਇਤਿਹਾਸ ਲਿਖਿਆ ਲੋਕਾਂ ਨੇ ਉਹ ਕਾਮਰੇਡ ਬਣਾ ਦੇ ਵੀ ਉਹ ਤਾਂ ਜੀ ਬੰਦੇ ਮਾਤਰਮ ਬੋਲਦੇ ਸੀ ਆਹ ਬੋਲਦੇ ਸੀ, ਉਹ ਸੋਰਸ ਆਫ ਇੰਸਪੀਰੇਸ਼ਨ ਪਿੱਛੇ ਕੀ ਸੀ ਉਹ ਖਤਮ ਕਰਤਾ, ਇਤਿਹਾਸ ਨੂੰ ਤੋੜਿਆ ਮਰੋੜਿਆ ਤੋੜਿਆ ਮਰੋੜਿਆ। ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਸਿੱਧੇ ਢੰਗ ਨਾਲ ਜੋ ਕੂੜ ਦੀ ਗਰਦ ਉਹ ਤਾਂ ਜੰਮ ਗਈ ਸੀ ਉਹਨੂੰ ਝਾੜ ਕੇ ਉਹਨੂੰ ਸਹੀ ਰੋਸ਼ਨੀ 'ਚ ਪੇਸ਼ ਕੀਤਾ ਵੀ ਬਾਬੇ ਦਾ ਸੀ, ਉਹ ਤਾਂ ਗਤਰੇ ਪਏ ਪਏ ਸੀ, ਉਸੇ ਤਰ੍ਹਾਂ ਹੀ ਕਾਮਾ ਗੱਟਾ ਮਾਰੂ ਜਹਾਜ਼ ਦਾ, ਮੈਂ ਉਹ 'ਚ ਦੱਸਿਆ ਵੀ ਇਹ ਤਾਂ ਜੀ ਗੁਰੂ ਨਾਨਕ ਜਹਾਜ਼ ਸੀ ਜਦੋਂ ਉਹਨੇ ਲੈ ਲਿਆ। ਸੋ ਇਸ ਕਰਕੇ ਵੀ ਜਿਹੜਾ ਕੌਮ ਦਾ ਜਿਵੇਂ ਹੁਣ ਆਪਾਂ ਸਿੱਖ ਰੈਫਰੈਂਸ ਲੈਂਦੇ ਦਾ ਮੇਰੇ ਅੰਦਰ ਦਰਦ ਹੈਗਾ ਜਾਂ ਕੁਛ ਹੋਰ ਬੰਦਿਆਂ ਦਾ ਦਰਦ ਹੈਗਾ ਵੀ ਇਹ ਹੁਣ ਦਰਦ ਮੱਠਾ ਪੈ ਗਿਆ, ਜਾਂ ਕਿ ਉਹ ਦਰਦ ਖਤਮ ਹੋ ਗਿਆ, ਜਾਂ ਕਿ ਉਹ ਦਰਦ ਦੀ ਉਹ ਪੀੜ ਨਹੀਂ ਰਹਿ ਗਈ ਵੀ ਸਮੇਂ ਨਾਲ ਜਿਵੇਂ ਕਿਸੇ ਸਿਆਣੇ ਨੇ ਕਿਹਾ ਵੀ ਜਿਹੜਾ ਸਮਾਂਗਾ ਉਹ ਸੁਰੀ ਵੀ ਆ ਅਤੇ ਮੱਲਮ ਵੀ ਆ, ਜੇ ਜ਼ਖਮ ਲਾਉਂਦਾ
ਅਤੇ ਨਾਲ ਨਾਲ ਉਹ ਮੱਲ ਮਿਲਾ ਕੇ ਉਹ ਜ਼ਖਮ ਭਰ ਵੀ ਦਿੰਦਾ। ਪਰ ਕੁਛ ਜ਼ਖਮ ਇਹੋ ਜਿਹੇ ਵੀ ਹੁੰਦੇ ਨੇ ਵੀ ਜਿਹੜੇ ਸਮੇਂ ਦੀ ਮੱਲ ਨਾਲ ਭਰੇ ਵੀ ਨਹੀਂ ਜਾਂਦੇ, ਉਹ ਹਮੇਸ਼ਾ ਤੁਹਾਡੇ ਟਸਕਦੇ ਰਹਿੰਦੇ ਨੇ, ਉਹਦੀ ਪੀੜ ਤੁਹਾਨੂੰ ਜਿਉਂਦੇ ਰੱਖਦੇ ਆ ਵੀ ਨਹੀਂ। ਆਹ ਗੱਲਾਂ ਆ ਜਿਵੇਂ ਸਿੱਖ ਰੈਫਰੈਂਸ ਦਾ ਗੁਆਚ ਜਾਣਾ ਹੀ ਸਾਡੀ ਇੱਕ ਪੀੜ ਆ, ਉਹਨੂੰ ਕੁਛ ਭਰ ਨਹੀਂ ਸਕਦਾ। ਜੇ ਹੁਣ ਸ਼੍ਰੋਮਣੀ ਕਮੇਟੀ ਨੇ 1000 ਕਰੋੜ ਦਾ ਕੇਸ ਕੀਤਾ ਹੋਇਆ ਭਾਰਤ ਸਰਕਾਰ 'ਤੇ ਵੀ ਸਾਡੀ ਜਿਹੜੀ ਰੈਫਰੈਂਸ ਲਾਇਬ੍ਰੇਰੀ ਆ ਇਹਦਾ ਮੁਆਵਜ਼ਾ ਦੇਵੋ 1000 ਕਰੋੜ, ਹੁਣ 1000 ਕਰੋੜ ਦੇਣਾ ਸਰਕਾਰਾਂ ਲਈ ਕਿੱਡੀ ਕੋਈ ਗੱਲ ਮਾਨੇ ਰੱਖਦੀ ਹੈ? ਦੇ ਵੀ ਦੇਣਗੇ, 1000 ਕਰੋੜ ਲਾ ਵੀ ਦੇਣਗੇ, ਕਿਤੇ ਨਾ ਕਿਤੇ ਵੰਡ ਚੱਕ ਲੈਣਗੇ, ਆਪਸ ਵਿੱਚ ਵੰਡੀਆਂ ਪਾ ਲੈਣਗੇ, ਕਪੜੇਬਾਜ਼ੀ ਹੋ ਜੂਗੀ। ਉਹਦੇ ਨਾਲ ਤੁਹਾਡਾ ਉਹ ਜ਼ਖਮ ਤਾਂ ਨਹੀਂ ਭਰਨਾ, ਉਹ ਜਿਹੜੀ ਧਰੋਹਰ ਤੁਹਾਡੀ ਗੁਆਚ ਗਈ ਜਿਹਨੂੰ ਤੁਸੀਂ ਦਰਸ਼ਨ ਕਰਕੇ ਨਿਹਾਲ ਹੋਣਾ ਸੀ, ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਬੱਚਿਆਂ ਨੇ ਦੇਖਣਾ ਸਾਡੇ ਕੋਲ ਕੀ ਪਿਆ ਖਜ਼ਾਨਾ, ਉਹ ਤਾਂ ਨਹੀਂ ਪੂਰਾ ਹੋਣਾ। ਪੀੜ ਤਾਂ ਤੁਹਾਡੀ ਉਸਤਾਨ ਦੀ ਥਾਂ ਨੇ। ਸੋ ਇਸ ਕਰਕੇ ਇਹ ਕਮਲਜੀਤ ਬੜੇ ਵੱਡੇ ਮਸਲੇ ਨੇ ਅਤੇ ਸਿੱਖਾਂ ਨਾਲ ਬਹੁਤ ਵੱਡਾ ਧੋਖਾ ਹੋ ਗਿਆ। ਅਤੇ ਮੈਂ ਕਹਿੰਦਾ ਵੀ ਦੁਸ਼ਮਣਾਂ ਤਾਂ ਹੋਈ ਕੀਤੀ ਹੋਈ ਆ, ਪਰ ਜਿਹੜਾ ਹੁਣ ਉਹ ਕਹਿ ਰਹੇ ਵੀ ਇਸ ਤਾਂ ਵਾਪਸ ਕਰਤੀ, ਅਤੇ ਉਹ 'ਚ ਹੁਣ ਨਾ ਆਉਂਦਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਵੱਡੇ ਅਹੁਦੇਦਾਰਾਂ ਦਾ। ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਸਰ, ਕਿ ਜਦੋਂ ਉਸ ਵੇਲੇ ਪ੍ਰਧਾਨ ਹੁੰਦੇ ਸੀ ਐਸ ਜੀ ਪੀ ਸੀ ਦੇ ਪ੍ਰੋਫੈਸਰ ਕਿਰਪਾਲ ਸਿੰਘ ਬਜੁੰਗਰ, 1996 'ਚ ਐਸ ਜੀ ਪੀ ਸੀ ਪ੍ਰਧਾਨ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਉਸ ਵੇਲੇ ਮੇਰੇ ਖਿਆਲ 'ਚ ਆਈ ਕੇ ਗੁਜਰਾਲ ਸੀ, ਗ੍ਰਹਿ ਮੰਤਰੀ ਤੱਕ ਵੀ ਜਿਹੜੇ ਪੱਤਰ ਨੇ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ ਲਿਖੇ ਗਏ, ਉਹਨਾਂ ਪੱਤਰਾਂ ਦੇ ਜਵਾਬ ਆਖਿਰ ਮਿਲੇ ਜਾਂ ਨਹੀਂ ਮਿਲੇ? ਹਾਂ, ਉਹਦਾ ਚਿੱਠੀ ਪੱਤਰ ਚੱਲਦਾ ਰਿਹਾ, ਚਿੱਠੀ ਪੱਤਰ ਉਹ ਬਹੁਤ ਵੱਡੀਆਂ ਫਾਈਲਾਂ ਪਈਆਂ ਨੇ। ਉਹ 'ਚ ਚਿੱਠੀ ਪੱਤਰ ਜਿਹੜੇ ਮੁੱਖ ਸਕੱਤਰ ਸੀ ਮਨਜੀਤ ਸਿੰਘ ਕਲਕੱਤਾ, ਹਰਬੰਤ ਸਿੰਘ, ਸੁਰਜੀਤ ਸਿੰਘ ਉਹਨਾਂ ਨੇ ਵੀ ਕੀਤੀ ਆ, ਜਾਰਜ ਫਰਨਾਂਡੇਜ਼ ਨੂੰ ਵੀ ਕੀਤੀ ਆ, ਜਸਵੀਰ ਸਿੰਘ, ਸੁਰਿੰਦਰ ਸਿੰਘ ਆਹਲੂਵਾਲੀਆਂ ਨੂੰ ਵੀ ਕੀਤੀ ਆ, ਜਗਮੀਤ ਸਿੰਘ ਬਰਾੜ ਨਾਲ ਵੀ ਚਿੱਠੀ ਪੱਤਰ ਕੀਤਾ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ। ਇਹਨਾਂ ਦਾ ਤਾਂ ਦਫ਼ਤਰੀ ਫਿਰ ਇਉਂ ਹੁੰਦਾ ਨਾ, ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਕੋਲ ਵੀ ਸਵਾਲ ਉੱਠਿਆ, ਫਿਰ ਜਦੋਂ ਇੰਦਰ ਕੁਮਾਰ ਗੁਜਰਾਲ ਸਿੰਘ ਪੰਜਾਬ ਦੇ ਵਿੱਚ ਮੁੱਖ ਮੰਤਰੀ ਉਦੋਂ ਪ੍ਰਕਾਸ਼ ਸਿੰਘ ਬਾਦਲ ਸਨ, ਉਦੋਂ ਵੀ ਸਵਾਲ ਉੱਠਿਆ ਵੀ। ਪਰ ਜਿਹੜੀ ਗੰਭੀਰਤਾ ਨਾਲ ਕਿਸੇ ਕੇਸ ਦੀ ਪੈਰਵੀ ਕਰਨੀ ਹੁੰਦੀ ਆ, ਉਹ ਪੈਰਵੀ ਨਹੀਂ। ਚਾਲੂ ਢੰਗ ਨਾਲ ਕੋਈ ਚਿੱਠੀ ਲਿਖਤੀ, ਚਾਲੂ ਢੰਗ ਨਾਲ ਤੋਂ ਮੰਗ ਕਰ ਸਾਡੀ ਰੈਫਰੈਂਸ ਲਾਇਬ੍ਰੇਰੀ ਵਾਪਸ ਕਰੋ, ਅਲੇ ਕਹਿੰਦਾ ਕਰ ਦਿੰਦੇ ਹਾਂ। ਕਿੱਥੇ ਆ, ਕਿੱਥੇ ਉਹ ਤਾਂ ਪ੍ਰੈਸਰ ਪਾ ਕੇ ਲਗਾਤਾਰ ਤੁਸੀਂ ਕਮੇਟੀ ਬਣਾ ਕੇ ਉਹ ਕਿੱਥੇ ਉਹਦੇ ਪੈਰ ਤੱਕ ਜਾਣਾ, ਡੰਗਾਈ ਤੱਕ ਜਾਣਾ, ਕਿੱਥੇ ਪਈ ਆ, ਕਿਹਦੇ ਕੋਲ ਲਓ, ਲਗਾਤਾਰ ਕੇਸਾਂ ਦੀ ਪੈਰਵੀ ਕਰਨੀ, ਬੰਦੇ ਪਿੱਛੇ ਲੱਗਣ, ਫਿਰ ਜਾ ਕੇ ਹੁੰਦਾ। ਕਿਸੇ ਨੂੰ ਚਿੱਠੀ ਕੱਢ ਦੇਣੀ, ਉੱਧਰੋਂ ਦਫ਼ਤਰ ਚਿੱਠੀ ਆ ਗਈ, ਤੁਹਾਡੀ ਰਿਸੀਵ ਕਰ ਲਈ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਦੇਖ ਰਹੇ ਹਾਂ ਕਿੱਥੇ ਆ, ਇਹ ਇਸ ਤਰ੍ਹਾਂ ਦੇ ਲੈਟਰ ਚੱਲਦੇ ਰਹੇ। ਮਤਲਬ ਕੋਈ ਠੋਸ ਠੋਸ ਜਿਹੜਾ ਬੰਦੇ ਨੇ ਪੈਰ ਵੀ ਏਜੰਡੇ 'ਤੇ ਪਾਰਲੀਮੈਂਟ ਸਵਾਲ ਉਠਾਉਣਾ, ਪਾਰਲੀਮੈਂਟ ਦੇ ਮੈਂਬਰ ਵੀ ਬਣ ਕੇ ਸਿੱਖ ਚੁਣੇ ਜਾਂਦੇ ਆ, ਪਾਰਲੀਮੈਂਟ ਸਵਾਲ ਉਠਾਉਣਾ, ਉੱਚ ਪੱਧਰ ਤੱਕ ਫਿਰ ਵਾਰ ਵਾਰ ਮੀਟਿੰਗਾਂ ਕਰਨੀਆਂ, ਬੰਦੇ ਨੂੰ ਖਿੱਚਣਾ, ਕਰੋਧਣਾ, ਕਿੱਥੇ ਗਈ ਆ, ਮਗਰ ਲੱਗੇ ਰਹਿਣਾ, ਉਹ ਯਤਨ ਨਹੀਂ ਹੋਏ ਜਿਹਨਾਂ ਨੂੰ ਗੰਭੀਰ ਯਤਨ ਕਹਿੰਦੇ ਆ। ਸਰਸਰੀ ਯਤਨ ਹੁੰਦੇ ਰਹੇ, ਚਿੱਠੀ ਪੱਤਰ ਲਗਾ ਦਫ਼ਤਰੀ ਕਾਰਵਾਈ ਕੱਢ ਦਿਉ, ਉੱਧਰੋਂ ਦਫ਼ਤਰੀ ਕਾਰਵਾਈ ਪੂਰੀ ਹੋ ਗਈ। ਉਹਨਾਂ ਨੇ ਕਿਹਾ ਵੀ ਜੇਕਰ ਸੀ ਬੀ ਆਈ ਕੋਲ ਆ, ਜਾਰਜ ਫਰਨਾਂਡੇਜ਼ ਨੇ ਵੀ ਕਿਹਾ ਵੀ ਇਹ ਫੌਜ ਦੇ ਕਬਜ਼ੇ ਵਿੱਚ ਆ, ਇਹਦਾ ਸੀ ਬੀ ਆਈ ਦੇ ਕਬਜ਼ੇ ਵਿੱਚ ਆ, ਇਹ ਬਹੁਤ ਡਿਡਲਾਕ ਬਣਿਆ ਰਿਹਾ। ਸਭ ਤੋਂ ਵੱਡੀ ਗੱਲ ਤਾਂ ਸਿੱਖਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹੀ ਹੋਇਆ, ਲੰਬਾ ਸਮਾਂ ਰਹੀ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਸਾੜ ਦਿੱਤੀ ਗਈ। ਬਿਲਕੁਲ, ਮੈਂ ਇਹੀ ਸਵਾਲ ਪੁੱਛਣਾ ਸੀ ਤੁਹਾਨੂੰ, ਸਵਾਲ ਹਾਂ ਪੁੱਛੋ। ਉਹਦੇ ਵਿੱਚ ਕੁਛ ਛੜੇ ਹੋਈਆਂ ਜਿੱਥੋਂ ਆਪਾਂ ਡੌੜੀ ਦੇ ਵਿੱਚ ਉੱਪਰੋਂ ਚੜ੍ਹਦੇ ਹਾਂ, ਸਿੱਖ ਰੈਫਰੈਂਸ ਦਾ ਬੋਰਡ ਲੱਗਿਆ ਵਾ ਗੇਟ 'ਤੇ, ਉਹ ਤਾਂ ਅੱਖਾਂ ਵੀ ਨਜ਼ਰ ਆਉਂਦਾ ਫੋਟੋਆਂ ਦੇ ਵਿੱਚ, ਮਾਇਆ ਵੀ ਅਸੀਂ ਕਈ ਤਾਂ ਹੀ, ਅਤੇ ਉੱਪਰ ਵੀ ਤਸਵੀਰਾਂ ਜਿਹੜੀਆਂ ਹੈਗੀਆਂ ਉਸ ਸਮੇਂ ਦੀਆਂ, ਪੱਖੇ ਵੀ ਮਿਲਤ ਹੋਏ ਪਏ ਆ, ਵਿੰਗੇ ਹੋਏ ਪਏ ਨੇ, ਜਿਹੜੀਆਂ ਅਲਮਾਰੀਆਂ ਨੇ ਉਹ ਅਲਮਾਰੀਆਂ ਵੀ ਉਹ ਹੋਈਆਂ ਪਈਆਂ, ਪਿਘਲੀਆਂ ਪਈਆਂ, ਜਾਂ ਸਾਰਾ ਸਮਾਨ ਛੱਡਿਆ ਪਿਆ, ਉਹ ਤੋਂ ਪਤਾ ਲੱਗਦਾ ਵੀ ਸਿੱਖ ਰੈਫਰੈਂਸ ਨੂੰ ਅੱਗ ਲੱਗੀ, ਸਾੜ ਦਿੱਤੀ ਗਈ।
ਹੁਣ ਤੱਕ ਜਦੋਂ ਵੀ ਅਸੀਂ ਪੜ੍ਹਦੇ ਸੁਣਦੇ ਹਾਂ ਨਾ, ਸਭ ਤੋਂ ਜ਼ਿਆਦਾ ਇਹੀ ਸੁਣਨ ਦੇ ਵਿੱਚ ਆਉਂਦਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਉਸੇ ਫੌਜੀ ਹਮਲੇ ਦੇ ਵਿੱਚ ਸੜ ਕੇ ਸਵਾਹ ਹੋ ਗਈ ਸੀ, ਜਿਸ ਦੇ ਵਿੱਚ ਜਿਹੜੇ ਹਜ਼ਾਰਾਂ ਜਿਹੜੇ ਸਿੱਖ ਨੇ ਸ਼ਰਧਾਲੂ ਨੇ ਉਹ ਮਾਰੇ ਗਏ ਸੀ ਜਾਂ ਸ਼ਹੀਦ ਹੋ ਗਏ ਸੀ। ਅੱਛਾ, ਉਹਦੇ ਵਿੱਚੋਂ ਜੇ ਤੁਸੀਂ ਫੋਟੋਆਂ ਦੇਖਦੇ ਆ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਨੇ, ਉਹਦੇ ਰੈਕ ਦੇ ਵਿੱਚ ਖਾਲੀ ਪਏ ਨੇ, ਜੇ ਕਿਤਾਬਾਂ ਛੱਡ ਗਈਆਂ ਹੁਣ ਤਾਂ ਸਵਾਹ ਤਾਂ ਪਈ ਹੋਊ ਨਾ, ਉਹਨਾਂ ਦਾ ਰਾਖ ਤਾਂ ਹੋਏਗਾ, ਉਹਦੀ ਰਾਖ ਤਾਂ ਮੌਜੂਦ ਹੋਊ ਨਾ। ਤੇ ਜਦੋਂ ਮਤਲਬ ਇਹ ਉਦੋਂ ਦਵਿੰਦਰ ਸਿੰਘ ਦੁੱਗਲ ਸੀਗੇ, ਸਰਦਾਰ ਦਵਿੰਦਰ ਸਿੰਘ ਦੁੱਗਲ ਸਿੱਖ ਰੈਫਰੈਂਸ ਦੇ ਵਿੱਚ ਇੰਚਾਰਜ ਸੀ, ਅਤੇ ਉਹਨਾਂ ਨੇ ਵੀ ਲਿਖਿਆ ਆਪਣੇ ਕਿਸੇ ਲੇਖ ਦੇ ਵਿੱਚ ਵੀ ਜਦੋਂ ਫੌਜ ਨੇ ਮਤਲਬ ਉਹ ਕੀਤਾ, ਬਾਅਦ ਵਿੱਚ ਨੋਰਮਲ ਥੋੜ੍ਹੀ ਜਿਹੀ ਸਥਿਤੀ ਹੋਈ ਮਹੀਨੇ ਵੀਹਾਂ ਦਿਨਾਂ ਬਾਅਦ, ਤਾਂ ਮੈਨੂੰ ਉਹਨਾਂ ਨੇ ਮਤਲਬ ਕਹਿੰਦੇ ਵੀ ਇੱਥੇ ਲਿਖਿਆ ਵੀ ਸਿੱਖ ਰੈਫਰੈਂਸ ਦਾ ਮੈਂ ਚਾਰਜ ਲੈ ਲਿਆ। ਉਹ ਕਹਿੰਦੇ ਜੀ ਮੈਂ ਇਹ ਤਾਂ ਨਹੀਂ ਲਿਖਣਾ ਵੀ ਚਾਰਜ ਲਾਇਬ੍ਰੇਰੀ ਦਾ ਲੈ ਲਿਆ, ਮੈਂ ਇਹ ਲਿਖਣਾ ਵੀ ਮੈਂ ਰਾਖ ਦਾ ਚਾਰਜ ਲੈ ਲਿਆ। ਉਹ ਬਾਅਦ 'ਚ ਸੱਚਾਈ ਇਹ ਆਈ ਵੀ ਇਹ ਤਾਂ ਉਹ ਜਿਹੜੇ ਕੋਈ ਰੱਦੀ ਅਖਬਾਰ ਵਗੈਰਾ ਜਾਂ ਕੋਈ ਹੋਰ ਚੀਜ਼ਾਂ ਸੀ ਵੀ ਰੈਫਰੈਂਸ ਲਾਇਬ੍ਰੇਰੀ ਤਾਂ ਫੌਜ ਨੇ ਪਹਿਲਾਂ ਕੱਢ ਲਈ ਸਾਰੀ, ਉਹ ਖਾਲੀ ਕਰ ਲਈ। ਖਾਲੀ ਕਰਨ ਤੋਂ ਬਾਅਦ ਫਿਰ ਉਹਨੂੰ ਅੱਗ ਲਾਈ ਆ, ਬਾਅਦ 'ਚ ਖਾਲੀ ਕਰਕੇ ਅੱਗ ਲਾਈ। ਚਰਚਾ ਇਹ ਵੀ ਆਉਂਦੀ ਹੈ ਸਰ ਕਿ ਸਿੱਖਾਂ ਦਾ ਗੁੱਸਾ ਸ਼ਾਂਤ ਕਰਨ ਦੇ ਲਈ ਜਾਂ ਸਬੂਤ ਮਿਟਾਉਣ ਦੇ ਲਈ, ਕਹਿੰਦੇ ਨੇ ਕਿ ਜਦੋਂ ਕਿਸੇ ਕੌਮ ਨੂੰ ਉਹਦਾ ਦਰਦ ਜਿਹੜਾ ਭੁਲਾਉਣਾ ਹੁੰਦਾ ਜਾਂ ਉਹਦੇ ਮਕਸਦ ਤੋਂ ਭਟਕਾਉਣਾ ਹੁੰਦਾ ਤਾਂ ਉਹਦਾ ਜਿਹੜਾ ਸਰਮਾਇਆ ਸਾੜ ਕੇ ਸਵਾਹ ਕਰ ਦਿਉ ਜਾਂ ਇਤਿਹਾਸ ਜਿਹੜਾ ਸਾੜ ਕੇ ਸਵਾਹ ਕਰ ਦਿਉ। ਸੋ ਇਸੇ ਗੱਲ ਦੇ ਨਾਲ ਜੁੜੀ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਕੇ ਕਿ ਸਬੂਤ ਮਿਟਾਉਣ ਦੇ ਲਈ ਜਿਹੜਾ ਸਾਰਾ ਕੁਛ ਹੈ ਬਹੁਤ ਜਲਦੀ ਜਲਦੀ ਕੀਤਾ ਗਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਜਿਹੜੇ ਸਿੱਖ ਨੇ ਉਹ ਭੁੱਲੀ ਜਾਣ। ਹਾਂ ਦੇਖੋ, ਇਸ ਤਰ੍ਹਾਂ ਦਾ ਜਿਹੜਾ ਪਹਿਲਾਂ ਸਾੜ ਦੇਣ ਵਾਲੀ ਗੱਲ ਤਾਂ ਹੀ ਚਲਾਈ ਸੀ, ਸਿੱਖਾਂ ਨੇ ਇੰਨੇ ਗਮ ਅਤੇ ਗੁੱਸੇ 'ਚ ਬੇਹਾਲ ਸੀਗੇ, ਉਹਨਾਂ ਨੂੰ ਕੁਛ ਪਤਾ ਨਹੀਂ ਸੀ ਲੱਗਦਾ, ਇੰਨੇ ਬੌਂਦਲ ਗਏ ਸੀ ਸਿੱਖ ਵੀ ਜਦੋਂ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਗਿਆ, ਇੰਨਾ ਨੁਕਸਾਨ ਹੋ ਗਿਆ, ਪ੍ਰਕਰਮਾਂ ਦੇ ਵਿੱਚ ਟੈਂਕ ਚਲੇ ਗਏ ਅਤੇ ਹਜ਼ਾਰਾਂ ਲੋਕ ਉੱਥੇ ਨਿਰਦੋਸ਼ ਮਾਰਤੇ ਸੰਤ ਭਿੰਡਰਾਂਵਾਲੇ ਦੇ ਨਾਲ, ਜਾਂ ਹਜ਼ਾਰਾਂ ਉੱਥੋਂ ਸ਼ਰਧਾਲੂ ਜਿਹੜੇ ਕਿ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਨ ਮਨਾਉਣ ਲਈ ਸੰਗਤ ਇਕੱਠੀ ਹੋਈ ਵੀ ਸੀਗੀ, ਉਹਨਾਂ ਨੂੰ ਫੜ ਕੇ ਅੱਤਵਾਦੀ ਬਣਾ ਕੇ ਕੰਡਿਆਲੀ ਤਾਰ ਲਾ ਕੇ ਜਿਵੇਂ ਜੰਗੀ ਕੈਦੀ ਬੰਦ ਕੀਤੇ ਹੁੰਦੇ ਆ, ਐਂ ਤਾੜਿਆ ਗਿਆ। ਤਾਂ ਉਸ ਸਮੇਂ ਹੁਣ ਸਿੱਖਾਂ ਨੂੰ ਐਂ ਲੱਗਦਾ ਸੀ ਵੀ ਇਹ ਵੀ ਸਾਡਾ ਖੂਨ ਦੇ ਹੰਝੂ ਰੋ ਰਹੇ ਸੀ ਸਿੱਖ ਵੀ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਵੀ ਸਾੜਤੀ। ਇਹ ਤਾਂ ਹੌਲੀ ਹੌਲੀ ਜਦੋਂ ਸਥਿਤੀ ਉਸ ਨਾਰਮਲ ਹੋਈ, ਥੋੜ੍ਹੀ ਜਿਹੀ ਪਤਾ ਲੱਗਣਾ ਸ਼ੁਰੂ ਕੀਤਾ, ਸਿੱਖਾਂ ਨੇ ਇਸ ਲਾਈਨ 'ਤੇ ਸੋਚਣਾ ਸ਼ੁਰੂ ਕੀਤਾ, ਆਹ ਸਵਾਲ ਉੱਠੇ ਵੀ ਇੰਨੀਆਂ ਰਾਖ ਕਿਤਾਬਾਂ ਦੀ ਜਾਂ ਕਿਤਾਬਾਂ ਸੜਨ ਨੂੰ ਵੀ ਟਾਈਮ ਲੱਗਦਾ, ਉਹਦਾ ਕੋਈ ਨਾ ਕੋਈ ਸਬੂਤ ਤੁਹਾਡੇ ਕੋਲ ਪਿਛੋਂ ਜਲਦਬੰਦੀ ਦੇ ਕੋਈ ਹੋਰ ਆ, ਉਹ ਤਾਂ ਮਿਲਦੇ ਆ ਨਾ, ਉਹ ਮਿਲਦੇ ਸੀ ਰਹੇ, ਫਿਰ ਪਤਾ ਲੱਗਾ ਕਿੱਥੇ ਗਿਆ। ਫਿਰ ਇਹ ਪਤਾ ਲੱਗਿਆ ਹੌਲੀ ਹੌਲੀ, ਅਤੇ ਉਹ ਜਿਹੜੇ ਕਲਤ ਦੇ ਜਹੇਦਾਰ ਸੀ ਸਰਦਾਰ ਕਿਰਪਾਲ ਭਾਈ ਜਹੇਦਾਰ ਕਿਰਪਾਲ ਸਿੰਘ, ਉਹਨਾਂ ਦੀ ਕਿਤਾਬ ਆ ਸੱਕ ਅੱਖੀ ਹੇਠਾਂ ਸੱਕਾ ਨੀਲਾ ਤਾ ਤਾਰਾ, ਉਹਨਾਂ ਦੀ ਕਿਤਾਬ ਦੇ ਲਿਖਿਆ, ਕਹਿੰਦੇ ਜੀ ਮੈਨੂੰ ਸਿੱਖ ਮਿਸ਼ਨਰੀ ਕਾਲਜ ਦਾ ਪ੍ਰਿੰਸੀਪਲ ਡਾਕਟਰ ਲਾਭ ਸਿੰਘ ਮਿਲੇ, ਉਹ ਮੈਨੂੰ ਕਹਿੰਦੇ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀਆਂ ਜਿਹੜੀਆਂ ਸੀਗੀਆਂ ਕਿਤਾਬਾਂ ਦਿੱਲੀ ਦੇ ਵਿੱਚ ਮੈਂ ਦੇਖੀਆਂ ਰੁੜਦੀਆਂ, ਕਹਿੰਦਾ ਮੈਨੂੰ ਪਤਾ ਲੱਗਿਆ ਵੀ ਇਹਦਾ ਮਤਲਬ ਉਹ ਆ, ਪਰ ਉਹਨੂੰ ਪਤਾ ਲੱਗਿਆ, ਪਰ ਕਿਰਪਾਲ ਸਿੰਘ ਨੇ ਉੱਥੇ ਕਮੇਟੀ ਬਣਾ ਕੇ ਕੋਈ ਪੈਰਵੀ ਕਰਨ ਲਈ ਨਹੀਂ ਭੇਜਿਆ, ਪਰ ਬਾਅਦ ਦੇ ਵਿੱਚ ਉਹ ਗੱਲਾਂ ਨਿਕਲੀਆਂ ਵੀ ਉਹ ਤਾਂ ਫੌਜ ਚੱਕ ਕੇ ਲੈ ਗਏ। ਹੁਣ ਫੌਜ ਨੂੰ ਪੁੱਛੇ ਕੌਣ, ਫੌਜ ਦੇ ਇਹ ਮਤਲਬ ਪੈਰਵੀ ਕਰਦੇ ਵੀ ਰਹੇ ਕੁਛ ਨਾ ਕੁਛ ਸਿੱਖਾਂ ਦੇ ਵਿੱਚੋਂ ਚਿੱਠੀ ਪੱਤਰ ਹੁੰਦਾ ਰਿਹਾ। ਪਰ ਫਿਰ ਉਹ ਤੋਂ ਬਾਅਦ ਇਹ ਜੂਨ ਸਰ 12 ਜੂਨ 2000 ਦੀ ਗੱਲ ਆ ਵੀ ਜਗਤਾਰ ਸਿੰਘ ਲਾਂਬਾ ਦੇ ਸਰਦਾਰ ਮਹਿੰਦਰ ਸਿੰਘ ਜਿਹੜੇ ਜੀਤ ਅਖਬਾਰ ਦੇ ਸਟਾਫ ਸਨ, ਸਟਾਫ ਰਿਪੋਰਟਰ ਸਨ, ਉਹਨਾਂ ਨੇ ਦੋ ਪੁਲਿਸ ਅਫਸਰ ਜਿਹੜੇ ਸੀ ਆਈ ਡੀ ਦੇ ਸੀਗੇ, ਇੰਸਪੈਕਟਰ ਸੀ ਰਣਜੀਤ ਸਿੰਘ ਨੰਦਾ ਅਤੇ ਡੀ ਐੱਸ ਪੀ ਸੀ ਸਬਦਲ ਸਿੰਘ, ਉਹ ਸਬਦਲ ਸਿੰਘ ਉਹਨਾਂ ਨੇ ਇੰਟਰਵਿਊ ਜੀਤ ਛਾਪੀ,
ਅਜੀਤ ਵਿਸਾਪੀ ਉਹਨਾਂ ਨੇ ਫਿਰ ਮੰਨਿਆ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਫੌਜ ਚੱਕ ਕੇ ਲੈ ਗਈ ਸੀਗੀ ਵੀ ਫੌਜ ਨੇ ਫਿਰ ਸੀਬੀਆਈ ਦੇ ਹਵਾਲੇ ਕਰਤੀ ਸੀਬੀਆਈ ਦੇ ਹਵਾਲੇ ਕਰ ਜਾਂਚ ਪੜਤਾਲ ਲਈ ਵੀ ਫਿਰ ਤੁਰਤ ਬਾਅਦ ਦੋ ਕੁ ਮਹੀਨਿਆਂ ਬਾਅਦ ਵੀ ਸਾਨੂੰ ਇਹ ਸੀਬੀਆਈ ਨੇ ਉੱਧਰੋਂ ਲੈ ਲਿਆ ਸੀ ਆਈ ਡੀ ਵਿਭਾਗ ਅਤੇ ਪੁਲਿਸ ਵਿਭਾਗ ਦੇ ਵਿੱਚੋਂ ਡੀ ਐਸ ਪੀ ਸਫਦਰ ਸਿੰਘ ਨੂੰ ਲੈ ਲਿਆ ਅਤੇ ਤੋਂ ਇੰਸਪੈਕਟਰ ਰਣਜੀਤ ਸਿੰਘ ਨੰਦਾ ਨੂੰ ਲੈ ਲਿਆ ਵੀ ਇਹ ਕਹਿੰਦੇ ਫਿਰ ਅਸੀਂ ਇੱਕ ਦਿਨ ਸਵੇਰੇ ਸਵੇਰੇ ਜਦੋਂ ਆਪਣੇ ਰਾਜਾ ਸਾਂਸੀ ਹਵਾਈ ਅੱਡੇ 'ਤੇ ਗਏ ਤਾਂ ਉੱਥੇ ਬੈਗਾਂ ਦੇ ਵਿੱਚੋਂ ਭਰ ਕੇ ਬਾਹਰ ਛੱਡ ਕੇ ਜਹਾਜ਼ ਦੇ ਵਿੱਚੋਂ ਕਿਤਾਬਾਂ ਦੇ ਗ੍ਰੰਥਾਂ ਦੇ ਭਰੇ ਹੋਏ ਬੈਗ ਬਾਹਰ ਛੁੱਟੇ ਪਏ ਸੀ ਡੀ ਐਸ ਪੀ ਸਰਵਨ ਸਿੰਘ ਕਹਿੰਦੇ ਮੈਂ ਅੰਮ੍ਰਿਤਧਾਰੀ ਸਿੰਘ ਸੀ ਅਤੇ ਜਦੋਂ ਉੱਥੇ ਪੋਥੀਆਂ ਅਤੇ ਗੁਟਕੇ ਮੈਂ ਦੇਖੇ ਗੁਰਬਾਣੀ ਦੇ ਖਿੰਡੇ ਹੋਏ ਅਤੇ ਮੇਰੇ ਮਨ ਨੂੰ ਇੱਕਦਮ ਧੱਕਾ ਲੱਗਿਆ ਕਹਿੰਦੇ ਫਿਰ ਉਹ 190 ਬੈਗ ਸੀ ਉਹਦੇ ਵਿੱਚੋਂ ਵੱਡੇ ਬੈਗ ਸੀ ਕੁਛ ਛੋਟੇ ਬੈਗ ਹੋਣਗੇ ਉਹ ਕਹਿੰਦਾ ਫਿਰ ਇੱਥੇ ਯੂਥ ਹੋਸਟਲ ਦੇ ਵਿੱਚ ਲੈਂਦੇ ਗਏ ਯੂਥ ਹੋਸਟਲ ਦੇ ਵਿੱਚ ਕਹਿੰਦਾ ਵੀ ਉਹਦੀ ਮਹੀਨਾ ਪੜਤਾਲ ਹੁੰਦੀ ਲਿਸਟਾਂ ਬਣਦੀਆਂ ਕਹਿੰਦੇ ਲਿਸਟਾਂ ਬਣਾਈਆਂ ਹੁੰਦੇ ਵੀ ਕਿਹੜਾ ਮੈਟਰ ਕੀ ਆ ਕੀ ਹੈਗੀ ਉਹਦਾ ਕੈਟਲੋਗ ਇੱਕ ਬਣਿਆ ਉਹ ਤੋਂ ਬਾਅਦ ਉਹ ਕਹਿੰਦੇ ਵੀ ਸਾਨੂੰ ਉਹਨਾਂ ਨੇ ਦਸਤਖਤ ਕਰਾ ਲਏ ਵੀ ਤੁਹਾਡੀ ਹਾਜ਼ਰੀ 'ਚ ਅਸੀਂ ਕਰ ਲਿਆ ਅਤੇ ਸਾਨੂੰ ਫਰਕ ਕਰਤਾ ਉਹ ਬਰਸੀ ਬਾਈ ਕਿੱਥੇ ਲੈ ਗਈ ਉਹ ਕਿੱਥੇ ਲਿਜਾ ਕੇ ਰੱਖਿਆ ਸਾਨੂੰ ਕੋਈ ਨਹੀਂ ਸੀ ਬੀ ਆਈ ਨੇ ਇੱਕ ਲਿਸਟ ਵੀ ਦਿੱਤੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਵੀ ਕੀ ਬਰਾਮਦ ਹੋਇਆ ਸੀ ਉੱਥੋਂ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ 'ਚੋਂ ਇੱਕ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਉਸ ਲਿਸਟ ਦੇ ਵਿੱਚ ਕਿਹੜੀ ਕਿਹੜੀ ਕਿਤਾਬ ਦਾ ਜ਼ਿਕਰ ਸੀਗਾ ਅਤੇ ਉਹਦੇ ਵਿੱਚੋਂ ਲਿਸਟ ਜਦੋਂ ਸੀ ਬੀ ਆਈ ਨੇ ਦਿੱਤੀ ਹੈ ਨਾ ਵੀ ਜਦੋਂ ਸੰਨ 2000 ਦੇ ਵਿੱਚ ਇੰਟਰਵਿਊ ਛਪੀ ਤਾਂ ਤਹਿਲਕਾ ਮੱਚ ਗਿਆ ਇਟ ਮੀਨਸ ਲਾਇਬ੍ਰੇਰੀ ਜਿਉਂਦੀ ਆ ਸਿੱਖਾਂ ਨੂੰ ਕਾਸ ਵੱਜੀ ਵੀ ਉਤਸ਼ਾਹਿਤ ਤਰੰਗ ਵੀ ਪੈਦਾ ਹੋਊਗੀ ਵੀ ਬਹੁਤ ਵਧੀਆ ਗੱਲ ਆ ਜੇ ਜਾ ਹੈਗਾ ਵੀ ਸੀ ਬੀ ਆਈ ਕੋਲ ਆ ਵੀ ਆਪਾਂ ਲੈ ਸਕਦੇ ਹਾਂ ਯਤਨ ਕਰਨੇ ਚਾਹੀਦੇ ਨੇ ਉੱਧਰ ਨੂੰ ਯਤਨ ਵੀ ਵਧਣੇ ਸ਼ੁਰੂ ਹੋਏ ਅਤੇ ਚਿੱਠੀ ਪੱਤਰ ਵੀ ਵਧਿਆ ਸ਼੍ਰੋਮਣੀ ਕਮੇਟੀ ਦਾ ਪ੍ਰੈਸਰ ਵੀ ਪਾਇਆ ਬਾਦਲ ਸਰਕਾਰ 'ਤੇ ਵੀ ਪ੍ਰੈਸਰ ਪੈਣਾ ਸ਼ੁਰੂ ਹੋਇਆ ਵੀ ਤੁਸੀਂ ਪੈਰਵਾਈ ਕਰੋ ਇਹਨਾਂ ਵਿੱਚੋਂ ਉਹਦੇ ਇੱਕ ਭਾਈ ਸਤਨਾਮ ਸਿੰਘ ਖੰਡਾ ਜਿਹੜੇ ਕਿ ਪੰਜ ਪਿਆਰਾਂ 'ਚੋਂ ਨੇ ਦਰਬਾਰ ਸਾਹਿਬ 'ਤੇ ਰਹੇ ਨੇ ਉਹਨਾਂ ਨੇ 2003 ਦੇ ਵਿੱਚ ਹਾਈ ਕੋਰਟ 'ਚ ਕੇਸ ਕਰਤਾ ਸੀ ਬੀ ਆਈ ਤਾਂ ਭਾਰਤ ਸਰਕਾਰ ਨੇ ਪਾਰਟੀ ਬਣਾ ਲਿਆ ਵੀ ਸਾਡੀ ਰੈਫਰੈਂਸ ਲਾਇਬ੍ਰੇਰੀ ਹੈ ਕਿਤੇ ਸਾਨੂੰ ਦੇਵੋ ਸਾਨੂੰ ਤਾਂ ਜਵਾਬ ਦੇਣਾ ਚਾਹੀਦਾ ਦੋ ਤਾਂ ਉਹਦੇ ਨਾਲ ਹੀ ਜਦੋਂ ਮਤਲਬ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗਿਆ ਕਿ ਭਾਈ ਸਤਨਾਮ ਸਿੰਘ ਖੰਡੇ ਨੇ ਕੇਸ ਕਰਤਾ ਤਾਂ ਸ਼੍ਰੋਮਣੀ ਕਮੇਟੀ ਨੇ ਵੀ ਇੱਥੇ ਅਰਜ਼ੀ ਦਿੱਤੀ ਵੀ ਸਾਨੂੰ ਵੀ ਪਾਰਟੀ ਬਣਾਓ ਕੋਈ ਮੁੱਖ ਕਿਹੜੇ ਤੇ ਕਰਤਾ ਸੀਗਾ ਨਾ ਉਹਦੇ ਲੇਬਰ ਸਾਡੇ ਅੰਡਰ ਤਾਂ ਹਾਈ ਕੋਰਟ ਨੇ ਇੱਥੇ ਪਾਰਟੀ ਬਣਾ ਲਏ ਉਹ ਉਹਦੇ ਵਿੱਚ ਕਾਫੀ ਲੰਬਾ ਸਮਾਂ ਦੋ ਕੁ ਸਾਲ ਕੇਸ ਚੱਲਿਆ ਕਾਫਾ ਸੀ ਬੀ ਆਈ ਹਾਈ ਕੋਰਟ ਨੇ ਮਤਲਬ ਕਈ ਜੱਜ ਨੇ ਆਹ ਸਾਡਾ ਸਿੰਘ ਕਮਿਸ਼ਨ ਸਮਾਂ ਪੱਤਰਕਾਰ ਮੈਗਜ਼ੀਨ ਨਿਕਲਦਾ ਕਵਿੰਦਰ ਸਿੰਘ ਹੁਸਨ ਸਿੰਘ ਵੱਲ ਇਹ 40ਵੀਂ ਬਰੇ ਗੰਢ 'ਤੇ ਮੈਂ ਇੱਕ ਆਰਟੀਕਲ ਵੀ ਲਿਖਿਆ ਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ ਸੰਖੇਪ 'ਚ ਅਤੇ ਉਹਦੇ ਵਿੱਚ ਮੈਂ ਇਕੱਲੀ ਇਕੱਲੀ ਡਿਟੇਲ 'ਚ ਇਹ ਦਿੱਤਾ ਗਾ ਵੀ ਕਿਹੜਾ ਜੱਜ ਸੀ ਕਿਹੜਾ ਵਕੀਲ ਸੀ ਕਿਹੜੀ ਕਿਹੜੀ ਤਰੀਕ ਨੂੰ ਆਹ ਕੀ ਹੋਇਆ ਸਰਕਾਰੀ ਵਕੀਲ ਕੌਣ ਪੇਸ਼ ਹੋਇਆ ਇਹ ਸਾਰਾ ਕੁਛ ਮੈਂ ਦਿੱਤਾ ਡਿਟੇਲ 'ਚ ਇੱਥੇ ਹੁਣ ਸਾਰਾ ਕੁਛ ਸੰਭਵ ਨਹੀਂ ਦੁਹਰਾਉਣਾ ਵੀ ਉਹਦੇ ਵਿੱਚੋਂ ਸੀ ਬੀ ਆਈ ਨੇ ਆ ਕੇ ਆਪਣਾ ਹਲਫਨਾਮਾ ਦਾਇਰ ਕੀਤਾ ਵੀ ਸਾਡੇ ਕੋਲ 4000 ਆਈਟਮਾਂ ਸਿੰਘ ਆ ਵੀ ਉਹਦੇ ਵਿੱਚੋਂ ਅਸੀਂ ਆਹ ਬੰਦਿਆਂ ਦੇ ਨਾਮ ਨੂੰ ਲਿਖੇ ਵੀ ਸ਼੍ਰੋਮਣੀ ਕਮੇਟੀ ਨੂੰ ਅਸੀਂ ਵਾਪਸ ਕਰ ਚੁੱਕੇ ਹਾਂ ਸੀ ਬੀ ਆਈ ਨੇ ਇਹ ਗੱਲ ਦੱਸੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਗਿਆ ਦਸਤਾਵੇਜ਼ ਦਿੱਤੇ ਗਏ ਵੀ ਕੁਛ ਅਸੀਂ ਜਿਹੜੇ ਮਤਲਬ ਜੋਧਪੁਰ ਦੇ ਕੈਦੀ ਸੀਗੇ ਵੀ ਉਹ ਕੈਦੀਆਂ ਦੇ ਨਾਲ ਕੁਛ ਅਸੀਂ ਦਸਤਾਵੇਜ਼ ਨਾਲ ਲਾਤੇ ਕੈਦੀਆਂ ਦੇ ਕੁਛ ਅਸੀਂ ਮੈਟਰ ਭੜਕਾਊ ਕਹਿ ਕੇ ਸਾੜਤਾ ਬਿਲਕੁਲ ਹੁਣ ਦੋ ਗੱਲਾਂ ਨੇ ਭੜਕਾਊ ਕਹਿ ਕੇ ਉਹ ਭੜਕਾਊ ਕੀ ਸੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਤਾਂ ਭੜਕਾਊ ਕਹਿ ਕੇ ਨਹੀਂ ਸਾੜੇ ਜਾ ਸਕਦੇ ਪੋਥੀਆਂ ਨਹੀਂ ਸਾੜੀਆਂ ਜਾ ਸਕਦੀਆਂ ਉਹ ਭੜਕਾਊ ਕੀ ਮੈਟਰ ਤਾਂ ਕੀ ਉਹ ਵੀ ਕੋਈ ਇਸ਼ਤਿਹਾਰ ਹੋ ਸਕਦੇ ਆ ਉਹਨਾਂ ਵੇਲੇ 'ਚ
ਸਿੱਖ ਟ੍ਰਿਬਿਊਨ ਫਾਊਂਡੇਸ਼ਨ ਨੇ ਕੱਢੇ ਹੋ ਸਕਦੇ ਆ। ਸੰਤ ਸਿਪਾਹੀ ਮੈਗਜ਼ੀਨ ਦਾ ਨਾਮ ਵੀ ਹੁੰਦਾ ਹੈ ਜਿਹੜਾ ਕੋਈ ਮੈਗਜ਼ੀਨ ਸੰਤ ਸਿਪਾਹੀ ਮੈਗਜ਼ੀਨ ਸੀ ਜਾਂ ਕੋਈ ਹੋਰ ਮੈਗਜ਼ੀਨ ਹੋਣਗੇ, ਉਹਨਾਂ ਨੂੰ ਕਹਿ ਲਓ ਜੀ ਭੜਕਾਊ ਸਮੱਗਰੀ ਅਸੀਂ ਸਾੜਤੀ। ਹੁਣ ਜਿਹੜੀਆਂ ਮੇਨ ਠੋਸ ਚੀਜ਼ਾਂ ਨੇ, ਕਿਤਾਬਾਂ ਨੇ ਜਾਂ ਹੋਰ ਅੰਗਰੇਜ਼ੀ ਦੀਆਂ ਨੇ, ਗੁਰਮੁਖੀ ਦੀਆਂ ਨੇ, ਹਿੰਦੀ ਦੀਆਂ ਨੇ, ਹਜ਼ਾਰਾਂ ਕਿਤਾਬਾਂ ਨੇ, ਹੁਣ ਤਾਂ ਨਹੀਂ ਭੜਕਾਊ ਕਰਕੇ ਸਾੜ ਸਕਦੇ। ਤੁਸੀਂ ਪੋਸਟਰਾਂ ਨੂੰ ਮੈਗਜ਼ੀਨ ਨੂੰ ਕਹਿ ਦਿਓ ਭੜਕਾਊ ਸੀ, ਜਿਹੜੇ ਨਾਲ ਲੱਗਦੇ ਜਾਂ ਕਿਤੇ ਸੰਤਾਂ ਦੀ ਫੋਟੋ ਲੱਗੀ ਹੋਊ ਉੱਤੇ ਜਾਂ ਕਿਸੇ ਮੋਰਚੇ ਦੀ ਫੋਟੋ ਲੱਗੀ ਹੋਊ ਜਾਂ ਕੋਈ ਹੋਰ ਲੱਗੋ ਕਹਿ ਕੇ ਸਾੜ ਤੋ, ਉਹ ਵੀ ਉਹਦਾ ਜਵਾਬ ਆ ਜਿਹੜਾ ਸੱਲੀ ਬਖਸ਼ ਨੇ ਸੀ ਬਈ ਦਾ। ਉਹ ਹਾਈ ਕੋਰਟ ਨੇ ਸੀ ਬਈ ਦੇ ਹਲਫਰਾਮ ਨੂੰ ਪ੍ਰਵਾਨ ਕਰ ਲਿਆ ਵੀ ਠੀਕ ਹੈ ਜੀ ਤੁਹਾਨੂੰ ਸਮਾਨ ਵਾਪਸ ਕੀਤਾ। ਉਹ ਕਹਿੰਦੇ ਜੀ ਸਾਡੇ ਕੋਲ ਇੱਕ ਸੰਤ ਸਿਪਾਹੀ ਮੈਗਜ਼ੀਨ ਦੀ ਕਾਪੀ ਆ, ਇੱਕ ਕੋਈ ਅਸਲੇ ਵਾਲ ਸੰਤ ਆ, ਪੰਜ ਚਾਰ ਆਈਟਮਾਂ ਹੋਰ ਨੇ, ਜਿਹੜੀ ਤਰ ਚਾਹੁੰਦੀ ਆ ਚਾਹੇ ਸਤਨਾਮ ਸਿੰਘ ਖੰਡਾ ਲੈ ਲਏ ਚਾਹੇ ਸ਼੍ਰੋਮਣੀ ਕਮੇਟੀ ਸਾਡੇ ਕੋਲ ਲੈ ਲਏ, ਅਸੀਂ ਰੱਖ ਕੇ ਕੀ ਕਰਨਗਾ। ਉਹ ਗੱਲ ਖਤਮ ਹੋ ਗਈ, ਹਾਈ ਕੋਰਟ ਨੇ ਫੈਸਲਾ ਕਰਤਾ ਵੀ ਠੀਕ ਹੈ ਜੀ ਲੈਣੀਆਂ ਚੀਜ਼ਾਂ ਲੈ ਲਓ ਵੀ ਹਲਫਨਾਮੇ ਦਾ, ਠੀਕ ਹੈ ਕਹਿੰਦੇ ਆਹ ਚੀਜ਼ਾਂ ਵਾਪਸ ਕੀਤੀਆਂ। ਉਹਨਾਂ ਨੇ ਸੀਬੀਆਈ ਨੇ ਐਮ ਆਈ ਤੋਂ ਦਿੱਤੀਆਂ ਰਸੀਦਾਂ ਦੇ ਨੰਬਰ ਵੀ ਦਿੱਤੇ ਵੀ ਆਹ ਆਹ ਤਰੀਕਾ ਨੂੰ ਅਸੀਂ ਆਹ ਆਹ ਬੰਦਿਆਂ ਨੂੰ ਵਾਪਸ ਕੀਤਾ ਸਮਾਨ। ਹੁਣ ਉਹ ਤੋਂ ਬਾਅਦ ਹਾਈ ਕੋਰਟ ਨੇ ਫੈਸਲੇ 'ਚ ਕਹਿਤਾ ਵੀ ਜੇ ਤੁਸੀਂ ਮੇਰੇ ਫੈਸਲਾ ਸੰਤੁਸ਼ਟ ਨਹੀਂ ਸੁਪਰੀਮ ਕੋਰਟ ਚਲੇ ਜਾਓ, ਸਾਨੂੰ ਤਾਂ ਜਿਹੜੀ ਸੰਤੁਸ਼ਟੀ ਹੈ ਅਤੇ ਸੀਬੀਆਈ ਦੇ ਜਵਾਬ 'ਤੇ। ਹੁਣ ਨਾ ਤਾਂ ਭਾਈ ਸਤਨਾਮ ਸਿੰਘ ਖੰਡਾ ਗਿਆ, ਚਲੋ ਸੁਪਰੀਮ ਕੋਰਟ ਜਾਣਾ ਸੌਖਾ ਨਹੀਂ ਹੁੰਦਾ, ਪਰ ਉਹ ਦਾਅਵਾ ਕਰਦੇ ਨੇ ਕਿ ਮੈਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੇਸ ਜਿੱਤਿਆ ਭਾਈ ਸਤਨਾਮ ਸਿੰਘ ਜਿੱਤਿਆ ਤਾਂ ਕਹਿ ਲਓ ਵੀ ਕੋਈ ਵਾਪਸ ਤਾਂ ਕੁਛ ਆਇਆ ਨਹੀਂ, ਜਿੱਤਾ ਇਹ ਕਹੋ ਵੀ ਚਲੋ ਪੈਰਵੀ ਕੀਤੀ ਉਹਨਾਂ ਨੇ, ਪਰ ਸੀਬੀਆਈ ਨੇ ਕਹਿ ਕੇ ਆਪਣੀ ਗੱਲ ਪੱਲਾ ਝਾੜਤਾ। ਹਾਈ ਕੋਰਟ ਨੂੰ ਸਹਿਮਤੀ ਜਦ ਵਾਪਸ ਉੱਧਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਕੇ ਅਤੇ ਤੁਸੀਂ ਲੈ ਲਓ ਜੀ ਉੱਧਰੋਂ। ਸਭ ਤੋਂ ਵੱਡਾ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੁੰਦਾ ਹੈ, ਉਹਨਾਂ ਨੇ ਹੁਣ ਉੱਥੇ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਨੂੰ ਅਪੀਲ ਪਾਉਣ ਦੀ ਬਜਾਏ ਸ਼੍ਰੋਮਣੀ ਕਮੇਟੀ ਨੇ 1,000 ਕਰੋੜ ਦੇ ਮੁਆਵਜ਼ੇ ਦਾ ਪਤਾ ਕੇਸ, ਜਦਕਿ ਮੁਆਵਜ਼ੇ ਦਾ ਮਤਲਬ ਹੀ ਨਹੀਂ ਬਣਦਾ ਇੱਥੇ। ਉਹਦੇ ਵਿੱਚੋਂ ਫਿਰ ਦੁਬਾਰਾ ਪਿਛਲੇ 2019 ਦੇ ਵਿੱਚ ਮਾਮਲਾ ਫਿਰ ਉੱਭਰਿਆ ਇਹ ਵੀ ਇਹ ਕਿੱਥੇ ਗਿਆ ਸਮਾਨ। ਸੀਬੀਆਈ ਨੇ ਫਿਰ ਕਹਿਤਾ ਅਖਬਾਰਾਂ 'ਚ ਆਈ ਗੱਲ ਵੀ ਅਸੀਂ ਆਹ ਆਹ ਬੰਦਿਆਂ ਨੂੰ ਉਹ 'ਚ ਜਿਹੜਾ 71 ਰਿਹਾ ਸੀ ਉਸ ਸਮੇਂ ਦਾ ਕੁਲਵੰਤ ਸਿੰਘ ਉਹਦਾ ਨਾਂ, ਅਤੇ ਫਿਰ 71 ਰਹੇ ਦਲਮੇਘ ਸਿੰਘ ਉਹਦਾ ਨਾਂ ਲਿਆ ਵੀ ਅਸੀਂ ਦਲਮੇਘ ਸਿੰਘ ਦੇ ਦਸਖਤਾਂ ਸਾਡੇ ਕੋਲ, ਕੁਲਵੰਤ ਸਿੰਘ ਦਸਖਤ ਨੇ, ਅਸੀਂ ਇਹਨਾਂ ਨੂੰ ਆ ਸਾਰਾ ਸਮਾਨ ਵਾਪਸ ਕੀਤਾ, ਕਿਤਾਬਾਂ ਕੀਤਾ ਗੁੜਕੇ ਕੀਤੇ ਨੇ, ਆਹ ਸਾਰਾ ਸਮਾਨ ਵਾਪਸ ਕੀਤਾ, ਇਹ ਦੱਸਣ ਕਿੱਥੇ ਆ। ਜਦੋਂ ਹੁਣ ਇਹ ਆ ਗਈ ਗੱਲ, ਉਦੋਂ ਕਿਰਪਾਲ ਸਿੰਘ ਡੂੰਗਰ ਮੇਰਾ ਖਿਆਲ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣ ਗਈ 5 ਮੈਂਬਰੀ, ਜਿਹ 'ਚ ਬੀਬੀ ਜਗੀਰ ਕੌਰ ਨੂੰ ਲੈ ਲਿਆ, ਮੁੱਖ ਸਕੱਤਰ ਸਕੱਤਰ ਰੂਪ ਸਿੰਘ ਨੂੰ ਲੈ ਲਿਆ, ਸੁਖਦੇਵ ਸਿੰਘ ਭੂਰਾ ਕੋਨਾ ਸੀ। ਹੁਣ ਜਿਹੜਾ ਦਲਮੇਖ ਸਿੰਘ ਦਾ ਦੋਸ਼ ਲੱਗਾ ਸੀਬੀਆਈ ਨੇ ਵੀ ਇਹਨੂੰ ਅਸੀਂ ਉਹ ਵੀ ਵਿੱਚ ਕਮੇਟੀ ਦੇ ਪਾ ਲਿਆ, ਜਦਕਿ ਉਹਨੂੰ ਕਮੇਟੀ 'ਚੋਂ ਬਾਹਰ ਰੱਖਣ ਦੀ ਜਾਂਚ ਉਹਦੇ ਖਿਲਾਫ਼ ਚੱਲਣੀ ਸੀ। ਉਹ ਮੇਰੀ ਉਦੋਂ ਬਾਅਦ ਕਿਰਪਾਲ ਸਿੰਘ ਬਡੂੰਗਰ ਮੇਰੇ ਚੰਗੇ ਬੜੇ ਵਧੀਆ ਮਿੱਤਰ ਨੇ, ਚੰਗੇ ਵਿਦਵਾਨ ਪੁਰਸ਼ ਨੇ, ਉਹਨਾਂ ਨਾਲ ਕਈ ਵਾਰੀ ਗੱਲ ਵੀ ਹੋਈ, ਉਹ ਕਹਿੰਦੇ ਜਦੋਂ ਕਰੋਨਾ ਹੈਗਾ ਮੀਟਿੰਗ ਨਹੀਂ ਹੋਈ, ਅੱਜ ਤੱਕ ਇਹ ਤਾਂ ਕੋਈ ਮੀਟਿੰਗ ਨਹੀਂ ਹੋਈ, ਉਹਦੀ ਪੜਤਾਲ ਕਰਨੀ ਹੈ 2019 ਤੋਂ ਬਾਅਦ 5 ਸਾਲ ਲੰਘ ਗਏ ਕੋਈ ਮੀਟਿੰਗ ਨਹੀਂ ਹੋਈ। ਇੱਕ ਵਾਰ ਮੇਰਾ ਪਿਛਲੇ ਵਾਰ ਕੋਈ ਅਜੀਤ ਮੈਗਜ਼ੀਨ 'ਚ ਆਰਟੀਕਲ ਛਪਿਆ ਤਾਂ ਮੈਨੂੰ ਸੁਖਦੇਵ ਸਿੰਘ ਭੂਰਾ ਕੋਨਾ ਦਾ ਫੋਨ ਆਇਆ, ਕਹਿੰਦਾ ਜੀ ਅਸੀਂ ਇਹ ਜਾਂਚ ਮੁਕੰਮਲ ਕਰਕੇ ਧਾਮੀ ਸਾਹਿਬ ਨੂੰ ਸੌਂਪ ਚੁੱਕੇ ਆ, ਪ੍ਰਧਾਨ ਸਾਹਿਬ ਨੂੰ। ਮੈਂ ਕਿਹਾ ਵੀ ਕੀ ਹੋਈ, ਕਹਿੰਦਾ ਦੱਸ ਨਹੀਂ ਸਕਦੇ। ਮੈਂ ਐਡੀ ਗੁਪਤ ਰੱਖਣ ਵਾਲੀ ਗੱਲ ਕਿਹੜੀ ਆ, ਉਹਦਾ ਜੀ ਕਹਿੰਦਾ ਸਾਡਾ ਡਿਸਪਲਿਨ ਦਾ ਮਾਮਲਾ, ਧਾਮੀ ਸਾਹਿਬ ਵੀ ਉਹ ਰਿਪੋਰਟ ਨੂੰ ਜਨਤਕ ਕਰ ਸਕਦੇ ਨੇ। ਉਹ ਧਾਮੀ ਸਾਹਿਬ ਨੂੰ ਕਈ ਵਾਰੀ ਅਸੀਂ ਫੋਨ ਕੀਤਾ, ਉਹਦਾ PA ਕਹਿੰਦੀ ਗੱਲ ਕਰਾਉਂਦੇ ਹਾਂ ਜੀ, ਕਰਦੇ ਹਾਂ ਜੀ, ਕੋਈ ਨਹੀਂ ਫਿਰ ਕਰਦੇ ਹਾਂ ਜੀ। ਉਹ ਵੀ ਧਾਮੀ ਸਾਹਿਬ ਵੀ ਲੜ ਪਲਾ ਨਹੀਂ ਫੜਾਉਂਦੇ ਵੀ ਜੇ ਰਿਪੋਰਟ ਮੁਕੰਮਲ ਹੋ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ ਬਾਰੇ
ਉਹ ਨੰਗੀ ਕਰੋ ਕੀ ਹੋਇਆ ਫੈਸਲਾ। ਇਸ ਵਕਤ ਤਾਂ ਜੂਨ ਲੰਘ ਗਿਆ, ਜੂਨ ਦੇ ਦੌਰਾਨ ਕਿਸੇ ਸੈਮੀਨਾਰ 'ਚ ਕਿਸੇ ਸੋਮੀਨਾਰ ਉਹ ਜੂਨ 'ਚ ਸਿੱਖਰ ਗੱਲ ਹੀ ਨਹੀਂ ਚੱਲੀ, ਕਿਸੇ ਅਖਬਾਰ ਨੇ ਆਰਟੀਕਲ ਨਹੀਂ ਕੁਛ ਛਾਪਿਆ। ਮੈਂ ਅੱਗੇ ਭੇਜਦਾ ਹੁੰਦਾ, ਮੈਂ ਵੀ ਐਤਕੀ ਭੁੱਲ ਭੁਲਾ ਗਿਆ ਸਮੇਂ ਸਿਰ ਅਖਬਾਰਾਂ ਨੂੰ ਭੇਜਣ ਦਾ, ਉਹ ਗੱਲ ਹੀ ਦੱਬ ਗਈ। ਸੋ ਮਨ 'ਚ ਪੀੜ ਬੜੀ ਵੱਡੀ ਹੈ, ਹੁਣ ਰੋਗੀ ਹੈ ਕਿੱਥੇ। ਅਤੇ ਜਿਵੇਂ ਗੁਰਬਾਣੀ ਦਾ ਸ਼ਬਦ ਹੈ, ਕਿਸ ਪੋ ਖੋਲ੍ਹਿਓ ਗੱਠੜੀ ਦੁਖੀ ਭਰ ਆਇਆ, ਗੱਠੜੀ ਕਿਹਦੇ ਕੋਲੇ ਖੁੱਲ੍ਹ ਕੇ, ਜਿਹਨਾਂ ਕੋਲ ਉਹ ਰਾਜ ਭਾਗ ਮਾਣਦੇ ਨੇ ਸ਼੍ਰੋਮਣੀ ਕਮੇਟੀ ਵਾਲੇ, ਗੱਡੀਆਂ ਥੱਲੇ ਨੇ, ਹਾਲਾਂਕਿ ਸਾਨੂੰ ਕੀ ਲੋੜ ਆ ਦੱਬੇ ਮੁਰਦੇ ਫੱਟਣ ਦੀ, ਜੋ ਚੱਲੀ ਜਾਂਦਾ ਚੱਲੀ ਜਾਣ ਦੇ, ਆਪਣੀਆਂ ਤਨਖਾਹਾਂ ਪਈ ਜਾਂਦੀਆਂ ਨੇ, ਏਸੀ ਲੱਗੇ ਨੇ, ਵਧੀਆ ਐਸ ਕਰਦੇ ਹਾਂ, ਕੌਮ ਜਾਵੇ ਢੱਠੇ ਪਹੁੰਚ, ਸਾਨੂੰ ਕੀ ਆ। ਸੋ ਉੱਥੇ ਕੰਮ ਬਹੁਤ ਵੱਡਾ ਕਰਨ ਵਾਲਾ ਸੀ, ਕਹਿੰਦੇ ਵੀ ਇਹ ਮਾਮਲੇ ਨੂੰ ਛੱਡਣਾ ਨਹੀਂ ਚਾਹੀਦਾ। ਕੋਸ਼ਿਸ਼ ਕਰ ਰਹੇ ਹਾਂ, ਅਸੀਂ ਦੇਖਦੇ ਹਾਂ ਵੀ ਅਸੀਂ ਇਸ ਸੰਬੰਧ 'ਚ ਅਕਾਲ ਤਖ਼ਤ ਦੇ ਹਜ਼ਾਰ ਨੂੰ ਲਾ ਕੇ ਮਿਲ ਕੇ ਕੋਈ ਮੀਟਿੰਗ ਕਰਕੇ ਉਹਨੂੰ ਮੈਮੋਰੈਂਡਮ ਦੇਈਏ, ਜਵਾਬ ਦੇ, ਇਹਦੀ ਪੜਤਾਲ ਕਰ, ਕਮੇਟੀਆਂ ਨਾ ਬਣਾ। ਜਿਵੇਂ ਕਿਸੇ ਬੰਦੇ ਨੇ ਇਹਦੀ ਫਰਜ਼ ਬਣਦਾ ਗਾ ਅਕਾਲ ਤਖ਼ਤ ਦੇ ਹਜ਼ਾਰ ਸਾਹਿਬ ਦਾ, ਵੀ ਜੋ ਕਮੇਟੀ ਬਣੀ ਸੀ ਬਡੂੰਗਰ ਸਾਹਿਬ ਦੀ ਉਹਨੇ ਜਾਂਚ ਕਰਕੇ ਕੀ ਦੱਸਿਆ, ਸਿੱਖ ਕੌਮ ਨੂੰ ਸਪਸ਼ਟ ਕਰ। ਇੱਕ ਉਰਦੂ ਦਾ ਬੜਾ ਵੱਡਾ ਮਸ਼ਹੂਰ ਸ਼ੇਅਰ ਹੈ, ਨਾ ਇੱਧਰ ਉੱਧਰ ਕੀ ਬਾਤ ਕਰ, ਨਾ ਇੱਧਰ ਉੱਧਰ ਕੀ ਬਾਤ ਕਰ, ਮੈਂ ਪੁੱਛਦਾ ਹਾਂ ਕਾਫਲਾ ਕਿਉਂ ਲੁੱਟਾ, ਮੁਝੇ ਰਾਤ ਜਨੋ ਸੇ ਗਰਜ ਨਹੀਂ, ਜੇ ਬਤਾ ਤੇਰੀ ਰਾਹਬਰੀ ਕਾ ਸਵਾਲ ਹੈ। ਤਾਂ ਖਾਲਸਾ ਦਾ ਜ਼ਿਆਦਾ ਸਵਾਲ ਫਰਜ਼ ਬਣਦਾ, ਮੈਨੂੰ ਖਿੱਚੇ ਵੀ ਲਿਆਓ ਵੀ ਰਿਪੋਰਟ ਕਿੱਥੇ ਆ, ਪੇਸ਼ ਕਰੋ ਧਾਮੀ ਸਾਹਿਬ ਕੌਮ ਨੂੰ ਕੋਈ ਸੰਤੁਸ਼ਟੀਜਨਕ, ਤਾਂ ਕਿ ਕੌਮ ਦੇ ਜਿਹੜੇ ਪੀੜ ਹੈਗੀ ਉਹਨੂੰ ਕੋਈ ਧਰਵਾਸ ਮਿਲੇ। ਕਾਲਤਾ ਤਾਂ ਜਹਿਦਰ ਮਾਨਯੋਗ ਰਘਵੀਰ ਸਿੰਘ ਦਾ ਫਰਜ਼ ਬਣਦਾ ਵੀ ਇਹ ਮਾਮਲੇ 'ਤੇ ਉਹ ਗਲਤ ਕਰੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਥੋਂ ਕੁਝ ਬੁੱਧੀਜੀਵੀਆਂ ਦਾ ਵਾਪਸ ਇਕੱਠਾ ਕਰਕੇ, ਵੱਡਾ ਨਾ ਹੋ ਚਾਹੇ 11 ਮੈਂਬਰੀ ਹੋਵੇ, ਇੱਕ ਮੈਮੋਰੈਂਡਮ ਬਣਾ ਕੇ ਅਸੀਂ ਇਹਨਾਂ ਕੋਲ ਮਾਮਲਾ ਉਠਾਈਏ ਜ਼ਰੂਰ। ਇਹ ਮਾਮਲਾ ਉੱਠਦਾ ਰਹਿਣਾ ਚਾਹੀਦਾ, ਇਹ ਦੱਬ ਨਹੀਂ ਜਾਣਾ ਚਾਹੀਦਾ, ਕਿਉਂਕਿ ਜੇ ਦੱਬ ਗਿਆ ਤੁਸੀਂ ਮਾਰੇ ਗਏ। ਤੁਹਾਡੇ ਕੌਸੇ ਕੌਮ ਦੇ ਜਿਉਂਦੇ ਹੋਣ ਦਾ ਸਬੂਤ ਹੀ ਇਹੀ ਆ ਵੀ ਤੁਸੀਂ ਉਹ ਪੀੜ ਨਹੀਂ ਭੁੱਲੇ, ਤੁਸੀਂ ਪੀੜ ਦੀ ਲਗਾਤਾਰ ਪੈਰਵਾਈ ਕਰ ਦਿਓ। ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਕਮਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼, ਜਿਸਦੇ ਵਿੱਚ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਸਿੱਖ ਰੈਫਰੈਂਸ ਲਾਇਬ੍ਰੇਰੀ ਗਈ ਕਿੱਥੇ। ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਕਿਸੇ ਖਾਸ ਮਹਿਮਾਨ ਦੇ ਨਾਲ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ, ਸੱਚਲੁਜ ਟੀਵੀ।